ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਸਾਰੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਵੀਰੇ? 20,000 ਰੁਪਸ ਜੀ। ਸਤਿ ਸ਼੍ਰੀ ਅਕਾਲ ਵੀਰੇ, ਕਿਵੇਂ ਭਰਾ? ਬਹੁਤ ਵਧੀਆ ਲਾ ਜੀ, ਬਹੁਤ ਵਧੀਆ ਜੀ। ਦੱਸੋ ਸਾਰੇ ਠੀਕ ਠਾਕ ਹੋ ਤੁਸੀਂ? ਉਮੀਦ ਕਰ ਲਓ ਬਈ ਸਾਰੇ ਠੀਕ ਠਾਕ ਹੋਵੋਗੇ ਬਾਈ। ਕਿੱਦਾਂ ਜਾਣ? ਬਹੁਤ ਵਧੀਆ ਜੀ, ਬਹੁਤ ਵਧੀਆ ਵੀ ਲਾਈਵ ਆ ਬਾਈ ਬਾਈ ਭਾਅ ਜੀ ਬਿਗ ਫੈਨ। ਥੈਂਕ ਯੂ, ਥੈਂਕ ਯੂ ਵੀਰੇ, ਥੈਂਕ ਯੂ, ਥੈਂਕ ਯੂ ਵੈਰੀ ਮੱਚ ਟੀਵੀ ਚੈਨਲ ਵੱਲੋਂ ਸਪੋਰਟ। ਕੀ ਹਾਲ ਚਾਲ ਹੈ ਸਿੱਧੂ ਬਾਈ? ਠੀਕ ਠਾਕ ਵੀਰੇ, ਸਭ ਕੁਛ ਵਧੀਆ ਜੀ। ਅਤੇ ਦੁੱਲਾ, ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਰ, ਕੀ ਹਾਲ ਹੈ? ਬਹੁਤ ਘੈਂਟ ਡਾਰਲਿੰਗ, ਬਹੁਤ ਘੈਂਟ। ਤੁਸੀਂ ਦੱਸੋ ਤੁਸੀਂ ਠੀਕ ਠਾਕ ਹੋ ਸਾਰੇ? ਉਮੀਦ ਕਰਦਾ ਸਾਰੇ ਵਧੀਆ ਹੋਵੋਗੇ, ਇੰਜੋਏ ਕਰਦੇ ਹੋਵੋਗੇ ਅਤੇ ਸੇਫ ਹੋਵੋਗੇ ਸਾਰੇ, ਹੈ ਨਾ? ਰਮਨ ਮੁੰਡਾ, ਹੈਪੀ ਬਰਥਡੇ, ਥੈਂਕ ਯੂ। ਕੱਲ੍ਹ ਨੂੰ ਹਜੇ, ਪਰ ਫਿਰ ਵੀ ਥੈਂਕ ਯੂ, ਥੈਂਕ ਯੂ ਵੈਰੀ ਮੱਚ। ਫਰੋਮ ਬਰੈਂਪਟਨ, ਹਾਂਜੀ ਬਰੈਂਪਟਨ ਵਾਲੇ, ਉਹ ਕੀ ਹਾਲ ਚਾਲ ਹੈ ਵੀਰੇ? ਨਾਰੇ ਘਰਾਂ 'ਚ ਤਾਂ ਹੈਪੀ ਬਰਥਡੇ ਐਡਵਾਂਸ ਵੀਰੇ, ਥੈਂਕ ਯੂ ਬ੍ਰਦਰ, ਪੱਗ ਬਹੁਤ ਸੋਹਣੀ ਬੰਨੀ ਹੈ, ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਲਾਈਵ ਲੈ ਲਓ ਭਰਾ, ਠੀਕ ਹੈ ਵੀਰੇ, ਲੈ ਲੈਂਦੇ ਹਾਂ ਜੀ ਲਾਈਵ, ਕੋਈ ਗੱਲ ਨਹੀਂ। ਆਰਿਅਨ ਸ਼ਰਮਾ, ਰਿਕੁਐਸਟ ਇਸ ਓਕੇ ਸਰ, ਆ ਮੂਵ ਸਟੇ ਬਾਈ, ਖਿੱਚੀ ਰੱਖੋ ਕੰਮ ਨੂੰ, ਥੈਂਕ ਯੂ, ਥੈਂਕ ਯੂ ਬ੍ਰਦਰ, ਮੈਂ ਆ ਜਾਵਾਂ, ਆ ਜਾਓ, ਆ ਜਾਓ ਵੀਰੇ। ਉਹ ਯਾਰ, ਕਰੋਨਾ ਜੀ ਕਰਕੇ ਸਾਰਾ ਕੁਛ ਹੀ ਫਕਡ ਅਪ ਜਿਹਾ ਹੋਇਆ ਪਿਆ ਹੈਗਾ, ਸੋ ਥੋੜ੍ਹਾ ਜਿਹਾ ਤੁਹਾਨੂੰ ਪਤਾ ਹੀ ਹੈ ਸਾਰਾ ਕੁਛ ਚੱਲ ਰਿਹਾ, ਹੈ ਨਾ? ਰਿਸਟ੍ਰਿਕਸ਼ਨ ਜਿਹੀਆਂ ਲੱਗੀਆਂ ਹੋਈਆਂ, ਸੋ ਦੈਟਸ ਵਾਈ। ਸਿੱਧੂ ਬਾਈ ਮਾਈ ਇੰਸਪੀਰੇਸ਼ਨ, ਥੈਂਕ ਯੂ ਬ੍ਰਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅਗਲਾ ਗਾਣਾ ਵੀਰੇ, ਬਸ ਹੁਣ ਦੋ ਦਿਨ ਦਾ। ਉਹ ਪਤਾ ਕੀ ਹੋਇਆ, ਥੋੜ੍ਹਾ ਜਿਹਾ ਸਾਡਾ ਨਾ ਸਕੈਜੂਲ ਫਕਡ ਅਪ ਹੋ ਗਿਆ, ਉਹ ਪਤਾ ਕੀ ਹੁੰਦੀਆਂ ਸਿਚੁਏਸ਼ਨਸ, ਹੁਣ ਸਾਡੇ ਇੰਨੇ ਗਾਣੇ ਅਸੀਂ ਪਲੈਨ ਕੀਤੇ, ਹੈ ਨਾ? ਸੋ ਕਈ ਬੰਦੇ, ਤੁਹਾਨੂੰ ਪਤਾ ਹੈ, ਆਪਣੀ ਹਿੰਦੀ ਆ ਜਨਤਾ ਵਿੱਚ ਜਿਹਨਾਂ ਨੂੰ ਸਵਾਦ ਆਉਂਦਾ ਲੀਕ ਲੂਕ ਕਰਕੇ ਗਾਣ, ਉਹ ਫਿਰ ਪਹਿਲਾਂ ਸਕੈਜੂਲ ਖਰਾਬ ਕਰ ਲੈਂਦੇ ਨੇ, ਅਤੇ ਤਾਂ ਕਰਕੇ ਫਿਰ ਸਾਨੂੰ ਥੋੜ੍ਹਾ ਜਿਹਾ, ਸਾਡੇ ਪਲੈਨ ਥੋੜ੍ਹਾ ਜਿਹਾ ਅਪ ਐਂਡ ਡਾਊਨ ਹੁੰਦਾ ਰਹਿੰਦਾ ਥੋੜ੍ਹਾ ਜਿਹਾ, ਹੈ ਨਾ? ਪਰ ਕੋਈ ਨਹੀਂ, ਗਾਣੇ ਤਾਂ ਜਿਵੇਂ ਸਾਰੇ ਬਣਾ ਕੇ ਰੈਡੀ ਕਰਕੇ, ਯਾਨੀ ਕਿ ਅਪਲੋਡ ਕੀਤੇ ਹੋਏ ਨੇ, ਜਿੱਦਣ ਦੀ ਟਾਈਮਿੰਗ ਹੋਊਗੀ ਉਦੋਂ ਉਦੋਂ ਰਿਲੀਜ਼ ਹੋ ਜਾਣਾ ਗਾਣਾ। ਲਾਈਵ ਵੀਡੀਓ ਕੋਈ ਨਹੀਂ ਵੀਰੇ, ਮੈਂ ਲਾਈਵ ਵੀ ਲੈਂਦਾ ਤੁਹਾਨੂੰ ਸਾਰਿਆਂ ਨੂੰ। ਜੈ ਸ਼੍ਰੀ ਰਾਮ ਭਾਜੀ, ਜੈ ਸ਼੍ਰੀ ਰਾਮ ਜੀ, ਜੈ ਸ਼੍ਰੀ ਰਾਮ। ਮੂਸਟੇ, ਹੋਰ ਫਿਰ ਸਾਰਿਆਂ ਨੂੰ ਕਿਵੇਂ ਲੱਗ ਰਹੀ ਆ ਮੂਸਟੇਪ? ਕਈ ਬਹੁਤ ਵਧੀਆ ਰਿਸਪੋਂਸ ਸਾਰਾ ਡਾਰਲਿੰਗ, ਸਾਰਿਆਂ ਤੁਸੀਂ ਜਿੰਨਾ ਵੀ ਪਿਆਰ ਕਰ ਰਹੇ ਹੋ, ਸਿਰ ਮੱਥੇ ਤੁਹਾਡਾ ਸਾਰਿਆਂ ਦਾ। ਬਾਕੀ ਮੈਂ ਤੁਹਾਨੂੰ ਇੱਕੋ ਚੀਜ਼ ਕਹਿਣੀ ਵੀ ਆ, ਜੇ ਕੁਛ ਵੀ ਨਹੀਂ ਆਇਆ ਐਲਬਮ 'ਚੋਂ ਤਾਂ ਬਹੁਤ ਕੁਛ, ਹੈ ਨਾ? ਵੇਟ ਐਂਡ ਵਾਚ, ਟਾਈਮ ਬਹੁਤ ਵੱਡੀ ਚੀਜ਼ ਹੈ। ਭਾਅ ਜੀ ਦੋ ਲਾਈਨ ਸੁਣਾ ਦਿਓ, ਸੁਣਾਉਣੇ ਆ। ਅਮਿਤ ਵਡਾਣਾ, ਹੈਪੀ ਬਰਥਡੇ ਬ੍ਰਦਰ ਜੀ, ਥੈਂਕ ਯੂ ਬ੍ਰਦਰ, ਲਵ ਯੂ ਬਹੁਤ। ਅਮਿਤ ਭਰਾ ਹੈ ਆਪਣਾ, ਅਤੇ ਬਹੁਤ ਘੈਂਟ ਬੰਦਾ, ਅਤੇ ਔਲਵੇਜ਼ ਜਿਹੜੇ ਹੁੰਦੇ ਨਾ ਪੱਕੇ, ਜਿਹੜੇ ਭਰਾ ਹੁੰਦੇ, ਜਿਹੜੇ ਸਪੁੱਟਰ ਹੁੰਦੇ ਔਲਵੇਜ਼, ਉਹਨਾਂ 'ਚ ਚਿੱਤਾ ਮੇਰਾ ਭਰਾ, ਹੈ ਨਾ? ਅਤੇ ਬਹੁਤ ਵਧੀਆ ਕੰਮ ਹੈ ਮੇਰੇ ਵੀਰ ਦਾ, ਅਤੇ ਖਿੱਚ ਕੇ ਰੱਖ ਵੀਰੇ ਐਵੇਂ ਨੂੰ ਵੀ। ਭਾਅ ਜੀ ਲਾਈਵ ਸੁਣਾ ਦਿਓ, ਹਾਂਜੀ ਸੁਣਾਉਣ। ਅੱਜ ਵਾਲਾ ਗਾਣਾ ਯਾਰ ਮੈਨੂੰ ਬਹੁਤ ਵਧੀਆ ਲੱਗਦਾ, ਉਹ ਪਹਿਲਾਂ ਇੱਕ ਗਾਣਾ ਆ ਗਿਆ ਸੀਗਾ, ਸਾਲ ਬੜਾ ਗਾਣਾ ਤਾਂ ਸਾਲ ਪੁਰਾਣਾ ਹੈਗਾ, ਅਤੇ ਅੱਜ ਗਾਣਾ ਮੈਨੂੰ ਬਹੁਤ ਵਧੀਆ ਗਾਣਾ ਲੱਗਦਾ। ਇੱਕ ਪਹਿਰਾ ਹੈਗਾ ਜਿਹੜਾ ਜਮੀਂ ਦਿਲੋਂ ਆਇਆ, ਉਹ ਕਹਿੰਦਾ ਹੋ ਕਈ ਵਾਹਣਾ ਵੀ ਚਾਹੁੰਦੇ ਮਿੱਠੀਏ, ਕਿੱਲ ਮੇਰੀ ਵਾਹਿਬ ਕਰਨੀ, ਕਨੇਡਾ ਤੱਕ ਬੰਦੇ ਆਖਦੇ ਜੱਟਾ ਤੇਰੇ ਨਾਲ ਕਲੈਬ ਕਰਨੀ, ਜੱਟ ਫਿਰੇ ਖੇਤਾਂ ਵਿੱਚ ਨਹੀਂ ਇਹ ਫਿਰਦਾ ਜ਼ਮਾਨਾ ਤਾਣੇ ਤਣਦਾ, ਉਹ ਮੁੰਡਾ ਸਿੱਧੂਆਂ ਦਾ ਹਾਏ ਨਹੀਂ ਸਿੱਧੂਆਂ ਦਾ ਅੱਗ ਕੱਢਦਾ, ਸਾਲ ਦੁਨੀਆ ਦਾ ਸਰਦਾਰ ਤਾਂ ਬਣਦਾ। ਥੈਂਕ ਯੂ ਬਾਈ। ਪਾਰਟੀ ਕੋਈ ਨਹੀਂ ਵੀਰੇ, ਪਾਰਟੀ ਤੁਸੀਂ ਜੋ ਹੁਕਮ ਕਹੋਗੇ, ਸਿਰ ਮੱਥੇ।
ਅੱਤ ਭਾਜੀ ਅੱਤ 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 ਸਿੱਧੂ ਮੂਸੇਵਾਲਾ ਨਾਟਕਿਆਰਾ ਥੈਂਕ ਯੂ ਬਾਈ ਥੈਂਕ ਯੂ ਥੈਂਕ ਯੂ। ਹੋਰ ਵੀਰੇ ਤੁਸੀਂ ਸਾਰੇ ਕਿਵੇਂ ਹੋ ਠੀਕ ਠਾਕ ਹੋ? ਉਮੀਦ ਤਾਂ ਕਰਦਾ ਵੀ ਤੁਸੀਂ ਸਾਰੇ ਖੈਰ ਸੁੱਖ ਹੋਵੋਗੇ ਸਾਰੇ ਪਾਸੇ। ਅਤੇ ਸੋਨਮ ਜੀ ਹਾਂਜੀ ਯੱਸ ਕੀ ਹਾਲ ਚਾਲ ਹੈ ਤੁਹਾਡੇ? ਠੀਕ ਠਾਕ ਹੋ ਸੋਨਮ ਬਾਜਵਾ? ਠੀਕ ਹੈ ਜੀ, ਹੈਪੀ ਬਰਥਡੇ, ਥੈਂਕ ਯੂ ਵੀਰੇ ਥੈਂਕ ਯੂ ਬਾਈ। ਤੇਰੇ ਨਾਲ ਫੋਟੋ ਕਰਵਾਉਣੀ ਆ, ਆ ਜਾਓ ਵੀਰੇ, ਫੋਟੋ ਤਾਂ ਕੋਈ ਦਿੱਕਤ ਹੀ ਨਹੀਂ ਆ, ਫੋਟੋ ਦੀ ਕੋਈ ਰੌਲਾ ਹੀ ਨਹੀਂ। ਹੋਰ ਕੋਈ ਹੁਕਮ ਕਰੋ ਬਾਈ, ਕੱਲ੍ਹ ਨੂੰ ਆਉਣਾ ਤੇਰੇ ਪਿੰਡ ਆਉਣਾ ਜੀ, ਕੇਕ ਲੈ ਜੀ। ਕੋਈ ਨਹੀਂ ਵੀਰੇ ਕੋਈ ਨਹੀਂ, ਯਾਰ ਕਰੋਨਾ ਚੱਲੀ ਜਾਂਦਾ ਇਹਦਾ ਧਿਆਨ ਰੱਖੋ ਮੇਰਾ ਵੀਰ ਬਣ ਕੇ, ਹੈ ਨਾ। ਬੰਦਾ ਸਿੰਘ ਦਾ ਬਰੋ ਕੈਨੇਡਾ ਤੋਂ, ਠੀਕ ਹੈ ਵੀਰੇ, ਬੰਦਾ ਸਿੰਘ ਆਪਣਾ ਭਰਾ ਹੈ ਵੀਰੇ, ਕੀ ਹਾਲ ਆ ਬਰੋ? ਹੈਪੀ ਬਰਥਡੇ ਬਾਈ, ਥੈਂਕ ਯੂ ਬਾਈ, ਵਾਜਰਾ ਦਾਦਾ ਮਜ਼ਾ ਆ ਗਿਆ ਬਾਈ। ਸਪੋਟੀਫਾਈ ਇੰਡੀਆ ਕਿੱਥੇ ਰਹਿ ਗਏ? ਇੱਕ ਤਾਂ ਨਾ ਥੋੜ੍ਹਾ ਜਿਹਾ ਇਹ ਪੰਗਾ ਹੈਗਾ, ਮੈਂ ਕਿਹਾ ਲਾਈਵ ਰਿਕੁਐਸਟ ਦੇਣੀ ਆ ਨਾ, ਦੇਖਦਾ ਜਿੰਨੇ ਵੀ ਮੇਰੇ ਵੀਰ ਇੱਧਰ ਕਮੈਂਟਸ ਚ ਉਹਨਾਂ ਦੀ ਤਰਫ ਤੋਂ ਪੁੱਛਣੇ ਮੈਂ ਕੁਐਸਚਨ, ਜਿੰਨੇ ਪੁੱਛਣੇ ਜੀ। ਤੇ ਭਾਈ ਪਹਿਲਾਂ ਤਾਂ ਕੰਗਰੈਚੁਲੇਸ਼ਨਸ, ਜਿੰਨਾ ਤੁਹਾਨੂੰ ਪਿਆਰ ਮਿਲ ਰਿਹਾ ਨਵੀਂ ਐਲਬਮ ਲਈ, ਮੈਂ ਤਾਂ ਘਰੇ ਲਾ ਕੇ ਰੱਖਦਾ ਆਪਣੇ ਸਪੀਕਰ ਤੇ 24 ਘੰਟੇ ਵੱਜਦਾ ਹੋਇਆ ਗਾਣਾ, ਤੇ ਅੱਜ ਵੀ ਆਪਣਾ ਇੱਕ ਨਵਾਂ ਗਾਣਾ ਆਇਆ ਸਿੱਧੂ ਸਨ, ਕਿੱਦਾਂ ਕਿੱਦਾਂ ਦਾ ਪਰਫਾਰਮ ਰਿਹਾ, ਕਿੱਦਾਂ ਦਾ ਰਿਐਕਸ਼ਨ ਮਿਲ ਰਿਹਾ ਭਾਈ ਤੁਹਾਨੂੰ? ਰਿਐਕਸ਼ਨ ਵਾਈਜ਼ ਸੇਮ ਹੀ ਹੁੰਦਾ ਆਲਰੇਡੀ ਸਾਰਿਆਂ ਦਾ, 60-70 ਹਜ਼ਾਰ ਬੰਦਾ, ਹਜੇ 1 ਲੱਖ ਬੰਦਾ ਯਾਨੀ ਕਿ ਪ੍ਰੇਮਰ ਤੇ ਹੁੰਦਾ ਹੈ ਨਾ, ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਦੱਸਣ ਦੀ ਲੋੜ ਨਹੀਂ ਵੀ ਰਿਸਪੋਂਸ ਕੀ ਹੈ, ਰਿਸਪੋਂਸ ਸਾਰੇ ਆਪਣੇ ਚਾਹੁਣ ਵਾਲੇ ਦੱਸਦੇ ਨੇ ਤੇ ਸਾਰੇ ਪਿਆਰ ਕਰਦੇ ਬਈ, ਇੰਨੇ ਟਾਈਮ ਦੀ ਵੇਟ ਸੀ, ਬਹੁਤ ਵਧੀਆ ਰਿਸਪੋਂਸ ਹੈ ਬਾਈ। ਜਿੰਨੇ ਵੀ ਜਾਣੇ ਪਿਆਰ ਕਰਦੇ ਨਾ ਤੁਸੀਂ ਹੋ ਗਏ ਭਰਾ, ਜਿੰਨੇ ਜਾਣੇ ਹੁਣ ਲਾਈਵ ਬੈਠੇ ਨੇ, 54-55 ਹਜ਼ਾਰ ਬੰਦਾ, ਇਹ ਮੇਰਾ ਗਿਫਟ ਹੀ ਹੈ ਇੱਕ ਤਰ੍ਹਾਂ ਦਾ, ਹੈ ਨਾ। ਸੋ ਗਾਣਾ ਹੈ ਬਰਾਊਨ ਛੋਟੀ, ਉਹਦੇ ਲਈ ਬਹੁਤ ਕੁਐਸਚਨ ਨੇ ਮੇਰੇ ਕੋਲ, ਬਹੁਤ ਲੋਕਾਂ ਨੇ ਇੰਨੇ ਕੁਐਸਚਨ ਭਰ ਭਰ ਕੇ ਭੇਜੇ ਨੇ, ਤੁਸੀਂ ਮੈਂ ਮੁੱਕਦੇ ਨਹੀਂ ਅੱਜ ਕੁਐਸਚਨ ਦੇ, ਵੀ ਕੋਈ ਗੱਲ ਨਹੀਂ, ਮੇਰੇ ਕੁਐਸਚਨਸ ਦੇ ਆਨਸਰ ਦੇਣ ਲਈ ਬੈਠੇ ਨੇ, ਕੁਐਸਚਨ ਪੁੱਛੋ। ਹਾਏ ਸੋਨਮ, ਹਾਏ ਕੀ ਹਾਲ ਚਾਲ ਸਾਰਿਆਂ ਦਾ? ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਕਿਵੇਂ ਹੋ? ਵੈਰੀ ਗੁੱਡ ਸਿੱਧੂ, ਹੈਪੀ ਬਰਥਡੇ ਇਨ ਐਡਵਾਂਸ। ਥੈਂਕ ਯੂ ਵੈਰੀ ਮਚ। ਕੀ ਪਲਾਨ ਫਿਰ ਬਰਥਡੇ ਦਾ? ਇਹਨੂੰ ਸਾਰੇ ਪੁੱਛ ਰਹੇ ਆ, ਆਪਣੇ ਕਦੇ ਪਲਾਨ ਹੁੰਦੇ ਹੀ, ਆਪਾਂ ਰੋਜ਼ਮਰਾ ਵਾਂਗੂ ਆਈ ਬਰਥਡੇ ਲੰਘ ਜਾਂਦਾ ਹੀ ਮੇਰਾ, ਆ ਜਿੰਨੇ ਪਿਆਰ ਕਰਨ ਵਾਲੇ ਆ ਜਾਂਦੇ ਆ, ਸਾਰਿਆਂ ਨੂੰ ਮਿਲ ਲੈਂਦੇ ਆ ਬਸ। ਦੈਟਸ ਸੋ ਸਵੀਟ ਜੀ ਭਾਈ। ਤੁਸੀਂ ਕਿਵੇਂ, ਮੇਰੇ ਕੋਲ ਚੱਲ ਰਿਹਾ ਯੂਕੇ? ਹਾਂਜੀ, ਯੂਕੇ ਕਿੱਦਾਂ ਚੱਲ ਰਿਹਾ? ਯੂਕੇ ਵਧੀਆ ਆ, ਹੁਣ ਮੈਂ ਇੰਡੀਆ ਨੂੰ ਮਿਸ ਕਰ ਰਹੀ ਹਾਂ, ਘਰ ਨੂੰ ਮਿਸ ਕਰ ਰਹੀ ਹਾਂ, ਸੋ ਹੁਣ ਲੱਗ ਰਿਹਾ ਕਿ ਬਸ ਛੇਤੀ ਆ ਜਾਵਾਂ ਵਾਪਸ, ਬਟ ਕੰਮ ਖਤਮ ਕਰਕੇ ਆਵਾਂਗੇ। ਤੁਸੀਂ ਪੰਜਾਬੀ ਮਿਊਜ਼ਿਕ ਨੂੰ ਵੀ ਬੜਾ ਸਪੋਰਟ ਕਰਦੇ ਹੋ, ਸੋ ਥੈਂਕ ਯੂ ਸੋ ਮਚ ਉਹਦੇ ਲਈ।
जिन्ना जिन्ना कर सकते हो हेल्प कर देंगे जी। बाकी मेरे को हुण बहुत सारे क्वेश्चंस ने थोड़े लिए, मैं क्वेश्चंस पढ़ पढ़ थक गया, इन्ने क्वेश्चंस आए ब्राउन छोटे लिए। तुसी आ दसो पहला ना थोड़ा एक्सपीरियंस किदा दा सी, तुसी आप लाइक यू बीन टुगेदर कोलैबोरेटिंग फॉर अ व्हाइल, लाइक हाउ वाज योर एक्सपीरियंस इन शूटिंग दिस पर्टिकुलर वीडियो, बिकॉज एंड लाइक द लेवल ऑफ एस्थेटिक, वीडियो एस्थेटिक, द म्यूजिक एंड द स्टोरी एंड ऑल द होल पैकेज ऑफ दिस वीडियो वाज समथिंग पीपल वर लाइक ब्लोन अवे। So how was the experience and do you have any funny stories koi BTS iske bare mein share karne ke liye jo fans would love to hear? Actually jadon main te Sidhu ne pehla gana kita te sare ne bahut pasand kita, you know, we all love his singing. So assi ode to baad hi decide kita ki apa jaldi dobara, you know, kush kara. So fir us to baad I think lockdown ho gaya, plan siga ki ye thoda ja shoot, fir lockdown aa gaya. Then I was in Canada, I think he was in Dubai, but UK finalized hoya ki appa UK shoot karange te concept ji di gal karo te I think oh Sidhu te jo sade director Sukh Sangera ohna ne banaya hai, main sidha set te gayi aur maine kaam kiya, that is it. Baki pura jo credit hai wo Sidhu aur hamare jo director hai Sukh Sangera unko jata hai. So ਪਤਾ ਗੱਲ ਕੀ ਹੈ, ਕੋਈ ਵੀ ਹੁਣ ਯਾਨੀ ਕਿ ਮੈਂ ਅਸੀਂ ਮੈਂ ਯਾਨੀ ਕਿ ਆਪਣਾ ਤਾਂ ਇਹ ਸਟਾਈਲ ਹੈ ਵੀ ਆਪਾਂ ਕੋਈ ਵੀ ਚੀਜ਼ ਬਣਾਉਂਦੇ ਹਾਂ ਨਾ ਵੀ ਸਾਨੂੰ ਵਧੀਆ ਲੱਗਦੀ ਹੈ ਨਾ, ਸਿਰਫ ਆਪਣੇ ਬੰਦਿਆਂ ਨਾਲ ਹੀ ਕੰਮ ਕਰਨਾ ਹੁੰਦਾ ਆਪਾਂ ਆਪਣੇ ਸਰਕਲ ਦੇ ਵਿੱਚ। ਸੋ ਸੋਨਮ ਸਾਡਾ ਯਾਨੀ ਕਿ ਪਾਰਟ ਹੈ ਨਾ, ਜਦੋਂ ਵੀ ਇਹਨੂੰ ਕਦੇ ਵੀ ਕੁਛ ਵੀ ਹੈ ਨਾ ਮੈਸੇਜ ਵੀ ਸੋਨਮ ਆਹ ਚੀਜ਼ ਚਾਹੀਦੀ ਹੈ ਤਾਂ ਇਹਨੇ ਵੀ ਕਦੇ ਵੀ ਆਪਾਂ ਨੂੰ ਹੈ ਨਾ ਵੀ ਹਾਂ ਆਲਵੇਜ਼ ਰੈਡੀ ਹੈ ਨਾ ਵੀ ਜਾਂ ਕੋਈ। ਸੋ ਵਧੀਆ ਸੁਭਾਅ ਹੈ ਸੋਨਮ ਦਾ। ਸੋ ਅਸੀਂ ਯਾਨੀ ਕਿ ਕੋਸ਼ਿਸ਼ ਕੀਤੀ ਛੋਟੀ ਜਿਹੀ ਹੈ ਨਾ। ਸੋ ਹੁਣ ਬ੍ਰਾਊਨ ਛੋਟੀ ਹੈ ਜਿਹੜਾ ਯਾਨੀ ਕਿ ਟੌਪ ਇਹਦੇ ਚੱਲ ਗਿਆ 100 ਉਹਨਾਂ ਦੇ ਜਿਹੜਾ ਕੈਨੇਡਾ ਚਾਰਟ ਤੇ ਚੱਲ ਗਿਆ ਨਾ। ਸੋ ਵੀ ਜਦੋਂ ਸਾਰੇ ਰਲ ਮਿਲ ਕੇ ਮਿਹਨਤ ਕਰਦੇ ਆ ਨਾ, ਜਦੋਂ ਇੱਕ ਯਾਨੀ ਕਿ ਹੁੰਦਾ ਨਾ ਵੀ ਇੱਕ ਸੁਭਾਅ ਹੁੰਦਾ ਸਾਰਿਆਂ ਦਾ ਵੀ ਇੱਕ ਮੱਤ ਮਿਲਦੀ ਹੁੰਦੀ ਹੈ। ਸੋ ਵੀ ਸਾਡਾ ਅਸੀਂ ਸਾਰੇ ਇੱਕੋ ਜਿਹੇ ਯਾਨੀ ਕਿ ਸਾਡੀ ਥਿੰਕਿੰਗ ਸੇਮ ਹੈ ਨਾ। ਸੋ ਕੰਮ ਫਿਰ ਕੰਮ ਕਰਨ ਦਾ ਵੀ ਲੈਦਾ ਫਿਰ ਹੀ ਹੈ ਨਾ ਵਧੀਆ ਲੱਗਦਾ। ਤੇ ਜਦੋਂ ਆਪਾਂ ਨੂੰ ਪਤਾ ਹੁੰਦਾ ਵੀ ਆਪਾਂ ਨੂੰ ਇਹ ਨਹੀਂ ਨਾ ਹੁੰਦਾ ਵੀ ਕੌਣ ਕਿਸ ਫੀਲਡ ਤੋਂ ਆ ਰਿਹਾ, ਕੋਈ ਫਿਲਮਾਂ ਚੋਂ ਆ ਰਿਹਾ ਜਾਂ ਕੌਣ ਸਿੰਗਿੰਗ ਚੋਂ ਆ ਰਿਹਾ। ਸੋ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਰੀਕੇ ਨਾਲ ਹਨਾ, ਸੋ ਜਦੋਂ ਤੇ ਫਿਰ ਉਹਦਾ ਰਿਜ਼ਲਟ ਨਿਕਲਦੀ ਨਿਕਲਦਾ ਰਿਜ਼ਲਟ ਤੁਹਾਡੇ ਸਾਹਮਣੇ ਹਨ, ਸਾਰਿਆਂ ਨੇ ਕਿੰਨਾ ਪਿਆਰ ਦਿੱਤਾ ਇਸ ਚੀਜ਼ ਨੂੰ। ਅੱਜ ਇਹ ਪੂਰੀ ਵੀਡੀਓ ਦੇ ਸ਼ੂਟ ਚ ਕੁਝ ਇਹ ਜਿਹਾ ਪਾਰਟ ਸੀ ਜਿਹੜਾ ਕਿ ਬਹੁਤ ਮਤਲਬ ਮਾੜਾ ਜਿਹਾ ਔਖਾ ਸੀ ਜਾਂ ਫਿਰ ਕੁਝ ਇੰਟਰਸਟਿੰਗ ਕੁਝ ਹੋਇਆ ਸ਼ੂਟ ਤੇ? ਮਤਲਬ ਤੁਸੀਂ ਤਾਂ ਯਾਰ ਦੋਸਤ ਕੁਝ ਨਾ ਕੁਝ ਪੁੱਟੀ ਸਿੱਧੀ ਹਰਕਤਾਂ ਹੁੰਦੀਆਂ ਨੇ। ਠੰਡ ਬਹੁਤ ਜ਼ਿਆਦਾ ਸੀ, ਇੰਟਰਸਟਿੰਗ ਬਸ ਠੰਡ ਬਹੁਤ ਜ਼ਿਆਦਾ ਸੀ, ਬਾਕੀ ਸਭ ਠੀਕ ਸੀਗਾ। ਸਭ ਤੋਂ ਵੱਡਾ ਚੈਲੰਜ ਹੀ ਸੀਗਾ ਠੰਡ 'ਚ ਕੰਮ ਕਰਨਾ, ਰੂਫ ਟੌਪ ਤੇ ਸਪੈਸ਼ਲੀ ਜਿਹੜੇ ਸ਼ਾਰਟਸ ਲਏ ਸੀਗੇ। ਮੈਨੂੰ ਲੱਗ ਰਿਹਾ ਸੀ ਕਿ ਕੋਈ ਤਾਂ ਬਾਕੀ ਦਾ ਪਤਾ ਨਹੀਂ ਮੈਂ ਨਾ ਕਿਤੇ ਉੱਡ ਜਾਂ, ਬਿਕਾਜ਼ ਇਟ ਵਾਸ ਸੋ ਵਿੰਡੀ ਐਂਡ ਬਹੁਤ ਜ਼ਿਆਦਾ ਠੰਡ ਸੀਗੀ। ਸੋ ਫਾਰ ਮੀ ਆਈ ਥਿੰਕ ਉਹੀ ਸਭ ਤੋਂ ਚੈਲੰਜਿੰਗ ਪਾਰਟ ਸੀਗਾ ਕਿ ਠੰਡ ਨੂੰ ਬਰਦਾਸ਼ਤ ਕਰਨਾ। ਨਹੀਂ ਉਦਾਂ ਵੀ ਬਹੁਤ ਔਖਾ ਸੀ ਮੇਰੇ ਲਈ ਤਾਂ, ਸਾਰੇ ਹੀ ਔਖਾ ਸੀ ਜਦੋਂ ਜਦੋਂ ਉਹਨਾਂ ਨੂੰ ਐਕਟ ਕਰਨਾ ਲੱਗਦਾ, ਬਟ ਮੈਂ ਦੇਖਿਆ ਕਿ ਸਿੱਧੂ ਨੂੰ ਕੋਈ ਵੀ ਗਾਣਾ ਕਿਤੋਂ ਵੀ ਪਲੇ ਕਰ ਦੋ, ਯੂ ਨੋ ਹੀ ਹੈਡ ਸੋ ਮੈਨੀ ਸੌਂਗਸ, ਬਟ ਸਾਰੇ ਲਿਰਿਕਸ ਯਾਦ ਆ, ਸਭ ਕੁਝ ਯਾਦ ਆ, ਇੱਕ ਇੱਕ ਟੇਕ ਚ ਸਭ ਕੁਝ ਓਕੇ। ਇੱਕ ਇੱਕ ਟੇਕ ਚ ਸ਼ੂਟ ਕਰਨਾ ਬਹੁਤ ਔਖਾ, ਬਟ ਲਾਈਕ ਫॉर ਅ ਸਿੰਗਰ ਫਰ ਕਮਿੰਗ ਫਰਮ ਲਾਈਕ ਅ ਨਾਨ ਐਕਟਿੰਗ ਬੈਕਗ੍ਰਾਉਂਡ ਔਖਾ ਹੁੰਦਾ, ਬਟ ਭਾਈ ਤੁਹਾਡੇ ਐਕਸਪ੍ਰੈਸ਼ਨ ਐਡੇ ਐਦਾਂ ਲੱਗਦਾ ਕਿ ਭਾਈ ਮੈਂ ਇੱਧਰ ਬੈਠਾ ਰਹਿ ਜਾਂਦਾ ਕਿ ਯਾਰ ਆਹ ਕੀ ਹੋ ਗਿਆ। ਉਹ ਸੋਨਮ ਜੀ ਉੱਧਰ ਨਿਸ਼ਾਨਾ ਲਾ ਰਹੇ ਸੀ ਤੇ ਤੁਸੀਂ ਆਏ ਚੱਲ ਵੀ ਚੱਕ, ਮਤਲਬ ਅਲੱਗ ਹੀ ਟੋਰ ਆਪਣੀ ਹੈ। ਤੇ ਬਾਕੀ ਪੂਰੀ ਟੀਮ ਜਿਹੜੀ ਸਭ ਕੁਝ ਉਹ ਤੁਹਾਡੇ ਵੱਲ ਸੀ ਹੈ ਜੀ ਸਾਰੀ, ਕਿਉਂਕਿ ਪ੍ਰੋਡਕਸ਼ਨ ਕੁਆਲਿਟੀ ਸੀ ਤਾਂ ਲੱਗ ਨਹੀਂ ਰਿਹਾ ਸੀ ਕਿ ਇਹ ਲਾਈਕ ਨਾਰਮਲ ਪੰਜਾਬੀ ਵੀਡੀਓ ਹੈ। ਦ ਪ੍ਰੋਡਕਸ਼ਨ ਕੁਆਲਿਟੀ ਵਾਸ ਵੈਰੀ ਹਾਈ, ਮਤਲਬ ਲੱਗ ਰਿਹਾ ਸੀ ਕਿ ਇਹਨੂੰ ਬਹੁਤ ਟਾਈਮ ਲੱਗਿਆ ਬਣਾਉਣ। ਕਿੰਨਾ ਕੁ ਟਾਈਮ ਲੱਗਿਆ ਇਹ ਪੂਰੀ ਵੀਡੀਓ ਬਣਾਉਣ ਨੂੰ? ਆਈ ਥਿੰਕ ਸਾਡਾ ਬ੍ਰਾਊਨ ਸ਼ਾਰਟੀ ਆਲਮੋਸਟ 3.5-4 ਦਿਨਾਂ ਚ ਸ਼ੂਟ ਹੋਇਆ, ਇਟ ਟੁਕ 4 ਡੇਸ। ਯਾ ਜਿਵੇਂ ਆਪਾਂ ਨੋਰਮਲ ਤੁਰੇ ਫਿਰਦੇ ਆ ਕੰਮ ਕਰਦੇ, ਜਿੱਥੇ ਖੜੇ ਉੱਥੇ ਵੀਡੀਓ ਕਰ ਲਈ ਹੈ ਨਾ।
ਸੋਨਮ ਜਿਹੜਾ ਇਹ ਗਾਣਾ ਸੀਗਾ ਸੋਨਮੋਹਨ ਵਾਲਾ ਤੇ ਬ੍ਰਾਊਨ ਛੋਟੀ ਸੀਗਾ, ਯਾਨੀ ਕਿ ਇਹ 3 ਦਿਨ ਦਾ ਸ਼ੂਟ ਸੀਗਾ, ਯਾਨੀ ਕਿ ਆਪ ਵੀ ਨੀ ਪੈ ਜਾਂਦੀ ਇੱਕ ਤਰ੍ਹਾਂ ਦੀ ਸਕੈਜੂਲ ਵਿੱਚ ਤੁਰੇ ਜਾਣ ਦੀ, ਤੇ ਫਿਰ ਅਸੀਂ ਸ਼ੂਟ ਕਰੀ ਜਾਂਦੇ ਸੀ ਰੈਗੂਲਰ। ਸੋ ਸਾਨੂੰ ਇੰਨਾ ਪਤਾ ਹੀ ਨਹੀਂ ਲੱਗਿਆ, ਇੱਕ ਵਾਰ ਸਾਰੇ ਫਿਰ 1 ਵਜੇ ਇਕੱਠੇ ਹੋਏ ਸੀ ਹਾਸੀ ਮਜ਼ਾਕ, ਬਸ ਇਹੀ ਸ਼ੂਟ ਕਰਤਾ ਸੀ। ਮੈਂ ਤੁਹਾਡਾ ਤਾਂ ਕਰੂ ਵੀ ਬੜਾ ਖਾਸਾ, ਮਤਲਬ ਯਾਰ ਯਾਰ ਦੋਸਤ ਹੀ ਹੋਣੇ ਤਾਂ ਫਿਰ ਮਜ਼ਾਕ ਮਜ਼ਾਕ ਚ ਹੋ ਜਾਂਦਾ ਹੋਣਾ ਪੂਰਾ ਸ਼ੂਟ। ਹਾਂ ਜੀ ਹਾਂ, ਇਹੀ ਕਰਦੇ, ਰੈਂਡਮ ਜਿਹੀ ਕਰਦੇ। ਸੁਨਣ ਜੀ, ਤੁਹਾਡੇ ਲਈ ਲਾਈਕ ਬ੍ਰਾਊਨ ਛੋਟੀ ਨੂੰ, ਬ੍ਰਾਊਨ ਛੋਟੀ ਦੇ ਇਲਾਵਾ ਤੁਹਾਡਾ ਫੇਵਰੇਟ ਸੌਂਗ ਕਿਹੜਾ ਆਪਣੀ ਮੂਸਟੇਪ ਤੋਂ? ਕਾਫੀ ਸਾਰੇ ਆ, ਔਰ ਹਲੇ ਤਾਂ ਐਕਚੁਅਲੀ ਬਹੁਤ ਸਾਰੇ ਆ ਜਿਹੜੇ ਮੈਂ ਸੁਣੇ ਆ ਲੇਕਿਨ ਹਲੇ ਰਿਲੀਜ਼ ਨਹੀਂ ਹੋਏ। ਪ੍ਰਿਵਿਲੇਜ ਉਹਦਾ ਮੈਨੂੰ ਟਾਈਟਲ ਨਹੀਂ ਪਤਾ। ਸਿੱਧੂ ਨੇ ਸਾਨੂੰ ਗੱਦਨ, ਸਾਡਾ ਬ੍ਰਾਊਨ ਛੋਟੀ ਦਾ ਪੂਰਾ ਸ਼ੂਟ ਖਤਮ ਹੋ ਗਿਆ ਸੀਗਾ, ਉਹਦਾ ਟਾਈਟਲ ਕੀ ਹੈ ਸਿੱਧੂ ਉਹ ਗਾਣੇ ਦਾ ਜਿਹੜਾ ਉੱਥੇ ਬਹਿ ਕੇ ਆਪਾਂ? Invincible. Okay, so I think I really like that song. Plus, jehda gaana hale kal parso aaya hai, mainu oh vi bahut pasand aa, me and my girlfriend. I really, really liked it. Thank you very much. Meri yaani ki meri bahut aa rahi hai, mainu itthe meri show nahi nahi thodi picture nahi aa rahi, agge kursiyan di picture aa rahi hai. Okay, hun aa rahi hai, camera mud gaya. ਹਾਂ ਠੀਕ ਆ, ਹੁਣ ਠੀਕ ਆ। ਐਕਚੁਅਲੀ ਸਿੱਧੂ ਨੂੰ ਨਾ ਚੰਗਾ ਲੱਗਦਾ ਆ, ਸਿੱਧੂ ਨੂੰ ਚੰਗਾ ਲੱਗਦਾ ਕਿ ਲਾਈਵ ਹੋ ਜਾਓ, ਫਿਰ ਅੱਗੇ ਸਟੀਅਰਿੰਗ ਵੀਲ ਦਿਖਾਓ, ਕੁਰਸੀਆਂ ਦਿਖਾਓ, ਆ ਸਭ ਦਿਖਾਓ। ਹੀ ਲਾਈਕਸ ਡੂਇੰਗ ਦੈਟ। ਯਾ ਉਹ ਨਹੀਂ ਨਹੀਂ, ਮੈਂ ਮੈਨੂੰ ਐ ਹੁੰਦਾ ਵੀ ਬਸ ਕਈ ਵਾਰ ਮੈਂ ਹੁਣ ਪਤਾ ਕੀ ਆ, ਪਿੰਡ ਤਾਂ ਇਹੋ ਜਿਹੇ ਕੰਮ ਹੀ ਨੇ, ਖੇਤ ਤੁਰੇ ਫਿਰਦੇ ਆ ਵੀ ਇਹ, ਮੈਂ ਕਿਹੜਾ ਵੀ ਤਿਆਰ ਟਾਵਾ ਟੱਪੇ ਚ ਹੁੰਦਾ ਜੀ, ਫਿਰ ਮੈਨੂੰ ਅੱਜ ਤਾਂ ਲੱਗਦਾ ਤੁਸੀਂ ਆਫਿਸ 'ਚ ਬੈਠੇ ਹੋ। ਹਾਂਜੀ ਹਾਂਜੀ, ਅੱਜ ਮੈਂ ਪੂਰੀ ਤਿਆਰੀ ਕਰ ਰਿਹਾ, ਅੱਜ ਲੱਭਣੇ ਤੇ ਬੜੇ ਲਿਖਣਾ ਹੈਗਾ। ਓਕੇ ਔਸਮ। ਸੋ ਮੈਨੂੰ ਹਾਂ, ਮੇਰਾ ਫੇਵਰਿਟ ਇਨਵਿਨਸੀਬਲ ਦੈਨ, ਤੇ ਜਿਹੜਾ ਕੱਲ ਪਰਸੋਂ ਗਾਣਾ ਆਇਆ ਆ ਮੀ ਐਂਡ ਮਾਈ ਗਰਲਫ੍ਰੈਂਡ, ਆਈ ਥਿੰਕ ਆਈ ਰੀਲੀ ਰੀਲੀ ਲਾਈਕ ਦੈਟ। ਯਾ ਅੱਜ ਪਤਾ ਕੀ ਗੱਲ ਹੈ, ਅਜੇ ਅੱਧੀ ਐਲਬਮ ਵੀ ਨਹੀਂ ਆਈ, ਅੱਧੀ ਐਲਬਮ ਵੀ ਨਹੀਂ ਆਈ। ਇਹ ਜੋ ਗਾਣੇ ਨੇ ਪਿਛਲੇ ਸਾਲ ਬਣੇ ਹੋਏ ਨੇ ਸਾਰੇ, ਹਨਾ, ਜਿਹੜੇ ਹੁਣ ਫਰੈਸ਼ ਚੀਜ਼ਾਂ ਬਣਾਈਆਂ, ਯਾਨੀ ਕਿ ਹਜੇ ਦੇਖਿਓ ਵੀ ਅੱਗੇ ਅੱਗੇ ਕੀ ਹੁੰਦਾ, ਹਜੇ ਤਾਂ ਕੁਛ ਵੀ ਯਾਨੀ ਕਿ ਸਿਰ ਚੋਂ ਪੁਣੀ ਵੀ ਨਹੀਂ ਕੱਤੀ ਆਪਾਂ। ਅੱਛਾ ਭਾਈ, ਇਹਦੇ ਪਿੱਛੇ ਕੀ ਥੋਟ ਪ੍ਰੋਸੈਸ ਹੈ? ਮੇਰੇ ਕੋਲ ਇੱਕ ਕੁਐਸਚਨ ਸੀ, ਇਹਦੇ ਪਿੱਛੇ ਮਤਲਬ ਲੋਕੀ ਆ ਤਾਂ ਸਿੰਗਲ ਕੱਢਦੇ ਨੇ ਜਾਂ ਐਲਬਮ ਕੱਢਦੇ ਨੇ, ਆਪਾਂ ਐਲਬਮ 'ਚ ਸਿੰਗਲ ਕੱਢ ਰਹੇ ਹਾਂ, ਇਹਦਾ ਕੀ ਮਤਲਬ ਆਪਣਾ ਥੋਟ ਪ੍ਰੋਸੈਸ ਹੈ? ਪਤਾ ਕੀ ਗੱਲ ਹੋਈ ਵੀਰੇ, 7-8 ਮਹੀਨੇ ਤੋਂ ਯਾਨੀ ਕਿ ਇੱਕ ਤਾਂ ਆਪਣਾ ਕਾਫੀ ਕੁਛ ਚੱਲ ਰਿਹਾ ਸੀ ਕੋਵਿਡ ਵਗੈਰਾ, ਹਨਾ, ਸੋ ਮੈਂ ਕੁਛ ਕਰੇ ਨਹੀਂ ਸੀ ਬਾਈ ਗਾਣੇ ਗੁਣੇ, ਤੇ ਮੈਨੂੰ ਆਪਣੇ ਫੈਨਸ ਸੀ ਜਿਹੜੇ ਆਪਣੇ ਚਾਹੁਣ ਵਾਲੇ ਨੇ ਬਾਈ, ਫੈਨਸ ਤਾਂ ਮੈਂ ਨਹੀਂ ਕਹੂੰਗਾ, ਮੈਨੂੰ ਬਹੁਤ ਲੋਕ ਮੈਸੇਜ ਕਰਦੇ ਸੀ ਬਾਈ ਕਿੱਥੇ ਆ, ਖੇਤਾਂ ਚੋਂ ਨਿਕਲਿਆ, ਕੰਮ ਕਰ ਲਾ ਥੋੜ੍ਹਾ ਬਹੁਤ, ਗਾਣਾ ਕੱਢ ਲਾ ਕੋਈ। ਸੋ ਮੈਂ ਕਿਹਾ ਯਾਰ ਮੈਂ ਕਰੀ, ਮੈਂ ਲੋਕ ਹੀ ਹੋਇਆ ਕੰਮ ਕਰ ਰਿਹਾ ਸੀਗਾ, ਪਰ ਮੈਨੂੰ ਐਂ ਹੁੰਦਾ ਵੀ ਯਾਰ ਰੋਜ਼ ਰੋਜ਼ ਪੋਸਟ ਜੇ ਪਾਉਣ ਨਾਲੋਂ, ਜਾਂ ਆਪਾਂ ਕਿਹੜਾ ਮੈਂ ਲੇਬਲ ਨੂੰ ਵੇਚਣੇ ਨੇ ਗਾਣੇ, ਸੋ ਮੈਨੂੰ ਇਹ ਹੁੰਦਾ ਵੀ ਆਪਾਂ, ਮੇਰੇ ਲਈ ਤਾਂ ਗਾਣੇ ਮੇਰੇ ਬੱਚਿਆਂ ਵਰਗੇ ਨੇ, ਜਾਂ ਮੇਰੇ ਯਾਨੀ ਕਿ ਬਹੁਤ ਪ੍ਰੀਸ਼ੀਅਸ ਚੀਜ਼ਾਂ ਨੇ ਮੇਰੇ ਲਈ, ਹੈ ਨਾ। ਸੋ ਮੈਂ ਤਾਂ ਉਹਨੂੰ ਤਰੀਕੇ ਨਾਲ ਚਾਹੁੰਦਾ ਸੀਗਾ ਵੀ ਕਦੇ ਜਦੋਂ ਵੀ ਕਰੂੰਗਾ ਤਾਂ ਤਰੀਕੇ ਨਾਲ ਕਰੂੰਗਾ, ਹੈ ਨਾ। ਸੋ ਹੁਣ ਕਾਫੀ ਟਾਈਮ ਹੋ ਗਿਆ ਸੀ ਉਹ ਇੰਨਾ, ਫਿਰ ਇੰਨਾ ਚੀਜ਼ਾਂ 2 ਸਾਲਾਂ ਦਾ ਇੰਨਾ ਗੁਬਾਰ ਇਕੱਠਾ ਸੀ, ਫਿਰ ਉਹ ਸਾਰਾ ਇੱਕੋ ਹੀ ਐਲਬਮ 'ਚ ਪਾ ਦਾ। 2 ਸਾਲ ਦਾ ਗੁਬਾਰ ਕੱਢਿਆ ਹੈ। ਹਾਂਜੀ, ਕਾਫੀ ਗਾਣੇ ਸੀ ਨਾ, ਹੁਣ ਜੇ ਸਿੰਗਲ 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 ਕਰਕੇ ਆਪਾਂ ਸੋਚਦੇ ਵੀ ਆਹ ਕੱਢ ਦਈਏ ਆਹ ਕੱਢ ਦਈਏ, ਵੀ ਆਪਾਂ ਕਨਫਿਊਜ਼ਨ ਦੀ ਵਿੱਚ ਹੁੰਦੇ ਆ ਵੀ ਆਹ ਕੱਢੀ ਕਿਆ ਕੱਢੀ, ਫਿਰ ਮੈਂ ਸਾਰੇ ਯਾਨੀ ਕਿ ਆਪਾਂ ਇੱਕ ਵਾਰੀ ਯਾਨੀ ਕਿ ਖਾਲੀ ਕਰੀਏ, ਮਤਲਬ ਵੀ ਅੱਗੇ ਯਾਨੀ ਕਿ ਤੁਹਾਡੇ ਫੈਨ ਨੇ ਇੱਕ ਬਾਈ ਆਪਣਾ ਆਈ ਐਮ ਵਿਜੇ CD13, ਉਹਨੇ ਪੁੱਛਿਆ ਕੁਐਸਚਨ ਕਿ ਸਰ ਲਿਖਣ ਤੋਂ ਪਹਿਲਾਂ, ਲਿਖਦੇ ਸਮੇਂ ਤੇ ਲਿਖਣ ਤੋਂ ਬਾਅਦ ਮਾਈਂਡਸੈਟ ਕੀ ਹੁੰਦਾ? ਤੇ ਇਹ ਕੁਐਸਚਨ ਆਈ ਵਾਂਟ ਆਸਕ ਦਿਸ ਰਾਈਟ ਨਾਓ, ਬਿਕੋਜ਼ ਇਹ ਮਤਲਬ ਤੁਸੀਂ 2 ਸਾਲਾਂ ਚ ਬਣਾਈ ਹੈ ਇਹ ਐਲਬਮ, ਤਾਂ ਖਾਸਾ ਜੀ ਮਤਲਬ ਤੁਸੀਂ ਕਾਫੀ ਟਾਈਮ ਨਹੀਂ 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 ਤੁਸੀਂ ਮੇਰੀ ਗੱਲ ਸੁਣੋ, ਇਹ ਗਾਣੇ ਪਤਾ ਕੀ ਗੱਲ ਹੈ, ਇਹ ਐਲਬਮ ਦਾ ਕਨਸੈਪਟ ਯਾਨੀ ਕਿ ਦਸੰਬਰ ਚ ਸਟਾਰਟ ਕੀਤਾ ਸੀਗਾ ਮੈਂ, ਵੀ ਮੈਂ ਐਲਬਮ ਬਣਾਉਣੀ ਆ, ਹਨਾ, ਕਿ ਇਹ ਐਲਬਮ ਸਪੈਸ਼ਲ। ਹਾਂਜੀ ਹਾਂਜੀ, ਮੈਂ ਸੋਚ ਰਿਹਾ ਸੀਗਾ ਵੀ ਪਹਿਲਾਂ ਮੈਨੂੰ ਇਹ ਨਹੀਂ ਹੁੰਦਾ ਵੀ ਗਾਣੇ 4 ਕੱਢੇ 10 ਗਾਣੇ ਪਾ ਤੇ ਬਸ ਗਾਣੇ ਪਾ ਕੇ ਛੱਡਤੀ, ਹੈ ਨਾ, ਐਲਬਮ
ਮੈਨੂੰ ਇਹ ਹੁੰਦਾ ਹੈਗਾ ਵੀ ਪਹਿਲਾਂ ਐਲਬਮ ਦਾ ਨਾਮ ਕੀ ਹੋਣਾ ਚਾਹੀਦਾ ਹੈ, ਯਾਨੀ ਕਿ ਮੈਂ ਸਟਾਰਟਿੰਗ ਤੋਂ ਸਟਾਰਟ ਕਰਦਾ ਹਾਂ ਨਾ, ਉੱਤੇ ਸਾਰੀਆਂ ਚੀਜ਼ਾਂ ਮੈਨੂੰ ਆਪ ਨੂੰ ਕਰਨੀਆਂ ਪੈਂਦੀਆਂ। ਮੈਂ ਆਪ ਸੋਚਦਾ ਮੇਰੇ ਲਈ ਮੈਨੂੰ ਜੋ ਵਧੀਆ ਲੱਗਦਾ ਹੈ ਨਾ, ਮੇਰੀ ਕੋਈ ਯਾਨੀ ਕਿ ਕੋਈ ਮੇਰੇ ਕੋਲ ਕੋਈ ਐਡਵਾਈਜ਼ਰ ਨਹੀਂ ਹੈਗੇ ਵੀ ਜਾਂ ਮੈਂ ਵੀ ਆਹ ਕੀ ਰੱਖਿਆ ਜਾਵੇ ਜਾਂ ਜੋ ਮਰਜ਼ੀ ਰੱਖ ਲਈਏ, ਕਿਉਂਕਿ ਮੇਰੇ ਲਈ ਇਹ ਚੀਜ਼ ਬਹੁਤ ਮਾਇਨੇ ਰੱਖਦੀ ਹੈ। ਸੋ ਮੈਨੂੰ ਤਾਂ ਕਰਕੇ ਵੀ ਇੱਕੋ ਇੱਕ ਚੀਜ਼ ਮੇਰੇ ਨਾਲ ਨਾਮ ਵੀ ਉਹ ਅਟੈਚਮੈਂਟ ਨਾਲ ਆਉਂਦਾ, ਨਾਮ ਵੀ ਕਿਸੇ ਗਾਣੇ ਦਾ ਤੇ ਐਲਬਮ ਦਾ। ਸੋ ਯਾਨੀ ਕਿ ਮੈਂ ਪਹਿਲਾਂ ਸਟਾਰਟ ਕੀਤਾ ਐਲਬਮ ਦਾ ਨਾਮ ਵੀ ਰੱਖਣਾ, ਫਿਰ ਸੋਚਿਆ ਗਾਣੇ ਕਿੰਨੇ ਪਾਉਣੇ ਨੇ, ਫਿਰ ਗਾਣਿਆਂ ਦੇ ਨਾਮ ਕੀ ਰੱਖਣੇ ਨੇ, ਗਾਣੇ ਦੀ ਯਾਨੀ ਕਿ ਐਲਬਮ ਦੀ ਸਟੋਰੀ ਕੀ ਚਾਹੀਦੀ ਹੈ, ਕਿੱਦਾਂ ਦੀ ਚਾਹੀਦੀ ਹੈ, ਕਿੱਦਾਂ ਦੇ ਗਾਣੇ ਹੋਣੇ ਚਾਹੀਦੇ ਨੇ, ਹਨਾ। ਸੋ ਇਹ ਹੁਣ ਪਿਛਲੇ ਸਾਲ PBX1 ਕੀਤੀ ਸੀ, ਯਾਨੀ ਕਿ 2018 ਚ ਕੀਤੀ ਸੀ PBX1 ਨਾ, ਉਹ ਐਲਬਮ ਸੀਗੀ ਇੱਕ ਯਾਨੀ ਕਿ ਪੈਰ ਲਾਉਣ ਵਾਸਤੇ। ਜਿਹੜੀ ਇਹ ਐਲਬਮ ਹੈ ਯਾਨੀ ਕਿ ਆਪਾਂ ਕਿੰਨੇ ਕੁ ਵਰਸਟਾਈਲ ਗਾ ਸਕਦੇ ਹਾਂ, ਕਿੰਨੇ ਕਿੰਨੇ ਜ਼ੋਨਰਾਂ ਦੇ ਵਿੱਚ ਅਸੀਂ ਗਾ ਸਕਦੇ ਹਾਂ, ਠੀਕ ਹੈ। ਇਹ ਨਹੀਂ ਵੀ ਜੋ ਮੈਂ ਪਿਛਲੇ ਸਾਲ PBX ਦੇ ਵਿੱਚ ਗਾ ਕੇ ਹਟਿਆ ਮੈਂ ਉਹੀ ਇਸ ਵਾਰੀ ਗਾਵਾਂ, ਹਨਾ। ਸੋ ਕੋਸ਼ਿਸ਼ ਇਹ ਹੁੰਦੀ ਹੈ ਵੀ ਅਲੱਗ ਅਲੱਗ ਤਰੀਕੇ ਨਾਲ ਹਰੇਕ ਚੀਜ਼ ਨੂੰ ਜਸਟੀਫਾਈ ਕੀਤਾ ਜਾਵੇ। ਸੋ ਤਾਂ ਕਰਕੇ ਵੀ ਯਾਨੀ ਕਿ ਜਿਹੜੀ ਮੂਸਤੇਪ ਆ, ਹਮੇਸ਼ਾ ਇਹ ਨਹੀਂ ਹੁੰਦਾ ਵੀ ਜਿਹੜੇ ਹਿਪ ਹੋਪ ਹੁੰਦੇ ਆ ਵੀ ਉਹ ਹਿਪ ਹੋਪ ਹੀ ਕਰੀ ਜਾਣ ਸਾਰੀ ਜ਼ਿੰਦਗੀ, ਹੈ ਨਾ। ਸੋ ਹਰੇਕ ਮੂਵ ਔਨ ਹੁੰਦੇ ਰਹਿੰਦੇ ਆ, ਹੈ ਨਾ, ਫਲੋਸ ਬਦਲਦੇ ਰਹਿੰਦੇ ਆ, ਮਿਊਜ਼ਿਕ ਦੇ ਸਾਊਂਡ ਬਦਲਦੇ ਰਹਿੰਦੇ ਆ। ਸੋ ਦੈਟਸ ਵਾਈ ਯਾਨੀ ਕਿ ਜਿਹੜੀ ਮੂਸਟੇਪ ਹੈਗੀ ਹੈ ਨਾ, ਵੀ ਇੱਕ ਤਰ੍ਹਾਂ ਦੀ ਯਾਨੀ ਕਿ ਅਲੱਗ ਤਰ੍ਹਾਂ ਦੀ ਅਸੀਂ ਸੋਚਿਆ ਵੀ ਇਹਨੂੰ, ਹੈ ਨਾ, ਅਲੱਗ ਤਰ੍ਹਾਂ ਦਾ। ਹੁਣ ਇਹਦੇ ਵਿੱਚ ਪ੍ਰੋਪਰ UK ਡ੍ਰਿਲ ਹੈ ਇਹਦੇ ਵਿੱਚ, ਹੈ ਨਾ, ਵੀ ਇਹ ਨਹੀਂ ਹੈਗਾ ਵੈਸਟ ਕੋਸਟ ਹਿਪ ਹੋਪ ਜਾਂ ਈਸਟ ਕੋਸਟ ਹਿਪ ਹੋਪ, ਇਹ ਨਹੀਂ ਇਕੱਲਾ ਜਿਵੇਂ ਪਹਿਲਾਂ ਹੁੰਦਾ ਸੀ, ਹੈ ਨਾ। ਸੋ ਹਰੇਕ ਤਰ੍ਹਾਂ ਦਾ ਜ਼ੋਨਰ ਇਹਦੇ ਵਿੱਚ, ਐਫਰੋ ਬੀਟਸ ਵੀ ਨੇ ਐਲਬਮ ਦੇ ਵਿੱਚ, ਹੈ ਨਾ। ਸੋ ਤਰੀਕੇ ਤਰੀਕੇ ਨਾਲ ਅਸੀਂ ਯਾਨੀ ਕਿ ਚੁਣ ਚੁਣ ਕੇ ਆਪਦੇ ਤਰੀਕੇ ਨਾਲ ਅਸੀਂ ਵਰਸ ਸਟਾਈਲ ਪ੍ਰੋਜੈਕਟ ਬਣਾਇਆ ਇੱਕ ਤਰ੍ਹਾਂ ਦਾ। ਭਾਈ ਇਟਸ ਸੋ ਬਿਊਟੀਫੁਲ ਟੂ ਸੀ ਕਿ ਮਤਲਬ ਤੁਸੀਂ ਨਾ ਇੱਕ ਪੰਜਾਬੀ ਦਾ ਹਿਪ ਹੋਪ ਕਲਚਰ, ਮੇਰਾ ਪਰਸਨਲ ਓਪੀਨੀਅਨ ਹੈ ਹਿਪ ਹੋਪ ਕਲਚਰ ਕਾਫੀ ਸ਼ਿਫਟ ਹੋ ਗਿਆ ਜਦ ਤੋਂ ਤੁਸੀਂ ਆਪਾਂ ਕਰੇ ਇੱਕ ਮਤਲਬ ਜਿੱਦਾਂ ਤੁਸੀਂ ਸਕਿਟਸ ਐਡ ਕੀਤੇ ਆਪਣੀ ਐਲਬਮ ਚ ਨਾ, ਉਹ ਲੱਗਦਾ ਕਿ ਪੂਰੀ ਇੱਕ ਕਹਾਣੀ ਹੈ ਜਿਹੜੀ ਤੁਸੀਂ ਦੱਸ ਰਹੇ ਹੋ, ਕਿ ਤੁਹਾਡੀ ਕਹਾਣੀ ਜੇ ਤੁਸੀਂ ਦੱਸਣਾ ਚਾਹੁੰਦੇ ਹੋ ਤੇ ਬਹੁਤ ਵਧੀਆ ਲੱਗਦਾ ਭਾਜੀ। ਤੇ ਭਾਈ ਜਦ ਤੁਸੀਂ ਕੋਲੈਬੋਰੇਟ ਕਰਦੇ ਹੋ ਜਿੱਦਾਂ ਸੋਨਮ ਨਾਲ ਕੀਤਾ, ਤੇ ਦੇਰ ਆਰ ਸੋ ਮੈਨੀ ਅਦਰ ਕੋਲੈਬੋਰੇਟਰ ਦੇ ਆਰਟਿਸਟ ਵੀ ਕੋਲੈਬੋਰੇਟਡ ਵਿਦ, ਡਿਵਾਈਨ ਭਾਈ ਹੋ ਗਏ, ਰਾਜਾ ਕੁਮਾਰੀ ਐਂਡ ਆਲ ਦੀਸ ਪੀਪਲ, ਨਾ ਡਿਵਾਈਨ ਭਾਈ ਨਾਲ ਤੇ ਰਾਜਾ ਕੁਮਾਰੀ ਜੀ ਨਾਲ ਇਹ ਇੱਕ ਮਤਲਬ ਔਖਾ ਦਾ ਮਲਟੀ ਲਿੰਗੁਅਲ ਗਾਣਾ ਬਣਾਉਣਾ ਜਿਹੜੀ ਕਿ ਆਡੀਅੰਸ ਰਿਟੇਨ ਕਰੇ, ਕਿਉਂਕਿ ਆਪਣੀ ਜਿਹੜੀ ਆਡੀਅੰਸ ਹੈ ਉਹ ਪੰਜਾਬੀ ਸੁਣਦੀ ਹੈ ਗਾਣੇ, ਠੀਕ ਹੈ ਜੀ। ਤੇ ਨਾਲੇ ਜਦ ਇੰਗਲਿਸ਼ ਆਉਂਦੀ ਹੈ ਜਾਂ ਹਿੰਦੀ ਆਉਂਦੀ, ਉਹ ਪੈਕ ਕਰਨਾ ਇੱਕ ਗਾਣੇ 'ਚ ਇੱਦਾਂ ਕਿ ਉਹ ਮਤਲਬ ਤੁਹਾਡਾ ਜਿਹੜਾ ਬੰਦਾ, ਤੁਹਾਡਾ ਵਿਊਅਰ ਹੈ, ਜਿਹੜਾ ਲਿਸਨਰ ਹੈ, ਉਹਨੂੰ ਇੱਕ ਕੰਪਲੀਟ ਫੀਲਿੰਗ ਦੇਵੇ, ਮਤਲਬ ਇੱਕ ਨੋਰਮਲ ਪੰਜਾਬੀ ਗਾਣੇ ਵਰਗੀ ਫੀਲਿੰਗ ਦੇਵੇ, ਉਹ ਕਰਨਾ ਔਖਾ ਹੁੰਦਾ, ਚੈਲੰਜ ਹੁੰਦਾ, ਕਿ ਕਿੱਦਾਂ ਦਾ ਪ੍ਰੋਸੈਸ ਹੁੰਦਾ ਉਹ? ਮੈਂ ਤੁਹਾਨੂੰ ਇੱਕ ਗੱਲ ਦੱਸਣੀ ਵੀ ਇਹ ਜਿੰਨੇ ਵੀ ਐਲਬਮ ਦੇ ਵਿੱਚ ਜਿੰਨੇ ਵੀ ਆਰਟਿਸਟ ਕੰਮ ਕਰ ਰਹੇ ਹਨ, ਜਿਨ੍ਹਾਂ ਨਾਲ ਵੀ ਮੇਰੀ ਕੋਲੈਬੋਰੇਸ਼ਨ ਨੇ, ਉਹ ਕੋਈ ਪਹਿਲੀ ਗੱਲ ਤਾਂ ਉਹ ਪੇਡ ਆਰਟਿਸਟ ਨਹੀਂ ਹੈਗੇ ਵੀ ਜਿਨ੍ਹਾਂ ਨੂੰ ਮੈਂ ਪੈਸੇ ਦੇ ਕੇ ਕੰਮ ਕਰਵਾਇਆ, ਹੈ ਨਾ। ਜਾਂ ਤਾਂ ਉਹ ਮੇਰੇ ਚੰਗੇ ਦੋਸਤ ਨੇ, ਜਾਂ ਫਿਰ ਉਹਨਾਂ ਦਾ ਤੇ ਮੇਰਾ ਕੋਈ ਇੱਕ ਯਾਨੀ ਕਿ ਰਿਸਪੈਕਟ ਦਾ ਰਿਲੇਸ਼ਨ ਹੈ, ਜਾਂ ਉਹ ਮੇਰੇ ਮਿਊਜ਼ਿਕ ਨੂੰ ਚੰਗਾ ਮੰਨਦਾ, ਜਾਂ ਮੈਂ ਉਹਨਾਂ ਨੂੰ ਚੰਗਾ ਮੰਨਦਾ, ਉਹ ਤਾਂ ਕਰਕੇ ਉਹ ਜਿੰਨੇ ਵੀ ਆਰਟਿਸਟ ਨੇ ਵੀ ਨਹੀਂ, ਹੁਣ ਜਿਵੇਂ ਆਪਣੇ ਪਹਿਲਾਂ ਵੀ ਕੋਲੈਬੋਰੇਸ਼ਨ ਹੋਈਆਂ ਨੇ, ਹੈ ਨਾ, ਹਾਲੀਵੁੱਡ ਦੇ ਆਰਟਿਸਟ ਵੀ ਲੋਕਾਂ ਨੇ ਲਏ ਹੈ, ਉਹ ਪੈਸੇ ਦੇ ਕੇ ਲਏ ਹੈ, ਹੈ ਨਾ। ਪਰ ਮੈਂ ਅੱਜ ਤੱਕ ਕਦੇ ਵੀ ਜਿੰਨੀਆਂ ਮੇਰੀਆਂ ਕੋਲੈਬੋਰੇਸ਼ਨ ਨੇ, ਜਾਂ ਤਾਂ ਉੱਥੇ ਮੇਰਾ ਰਿਲੇਸ਼ਨਸ਼ਿਪ ਹੋਊਗਾ, ਹੈ ਨਾ, ਜਾਂ ਉੱਥੇ ਮੇਰੀ ਯਾਨੀ ਕਿ ਕੁਛ ਨਾ ਕੁਛ ਮੇਰੀ ਯਾਨੀ ਕਿ ਮਿਊਜ਼ਿਕ ਕਨੈਕਸ਼ਨ ਹੋਣਗੇ। ਇਹ ਨਹੀਂ ਹੈਗਾ ਵੀ ਮੈਂ ਪੈਸੇ ਦੇ ਕੇ, ਮੇਰਾ ਮੌਜੀ ਨਾਲ ਗਾਣਾ ਆਇਆ, ਮੈਂ ਪੈਸੇ ਨਹੀਂ ਦਿੱਤੇ ਉਹਨੂੰ, ਹੈ ਨਾ, ਮਿਸ ਨਾਲ ਆਇਆ, ਸਟੈਪ ਨਾਲ ਆਇਆ, ਹੁਣ ਟਿਓਨ ਨਾਲ ਆਇਆ। ਚਲੋ ਸੋਨਮ ਤਾਂ ਆਪਣੇ ਇਹ ਹੀ ਕਰਦੇ ਨੇ, ਹੈ ਨਾ, ਸਾਰੇ ਇਹ ਤਾਂ ਚਲੋ ਮੇਰੇ ਦੋਸਤਾਂ 'ਚ ਹੀ ਆ ਗਏ, ਹੈ ਨਾ। ਵੀ ਜਿਹੜੇ ਬੰਦੇ ਆਊਟ ਆਫ ਯਾਨੀ ਕਿ ਆਪਣੇ ਪੰਜਾਬੀ ਫੀਲਡ 'ਚ ਵੀ ਬਾਹਰ ਦੇ ਨੇ, ਮੈਂ ਵੀ ਉਹ ਸਾਰੇ ਬੰਦਿਆਂ ਨੂੰ, ਸਿਰਫ ਉਹਨਾਂ ਨੂੰ ਮੇਰਾ ਮਿਊਜ਼ਿਕ ਚੰਗਾ ਲੱਗਦਾ, ਮੈਨੂੰ ਉਹਨਾਂ ਦੀ ਵਾਈਬ ਚੰਗੀ ਲੱਗਦੀ ਆ, ਤਾਂ ਅਸੀਂ ਕੰਮ ਇਕੱਠੇ ਕਰ ਰਹੇ ਹਾਂ। ਵੀ ਇਹ ਨਹੀਂ ਹੈਗਾ ਵੀ ਪੈਸੇ ਦੇ ਕੇ ਸਿਰਫ ਇੱਕ ਐਲਬਮ ਦੇ ਵਿੱਚ ਇੱਕ ਬੰਦੇ ਨੂੰ ਪਾਉਣ ਦੇ ਲਈ ਮੈਂ ਪੈਸੇ ਦੇ ਕੇ, ਸਿਰਫ ਆਪਣੀ ਐਲਬਮ ਨੂੰ ਹਾਈਪ ਬਣਾਉਣ ਵਾਸਤੇ ਮੈਂ ਪੈਸੇ ਦੇ ਕੇ ਉਹ ਚੀਜ਼ਾਂ ਨੂੰ ਯਾਨੀ ਕਿ ਉਹ ਕਰ ਰਿਹਾ। ਤੇ ਜਿੰਨੇ ਵੀ ਆਰਟਿਸਟ ਨੇ ਸਾਰੇ ਮੈਨੂੰ ਚੰਗੀ ਤਰ੍ਹਾਂ ਮੇਰੇ ਨਾਲ ਅਟੈਚ ਨੇ, ਹਨਾ, ਸਾਰੇ ਉਹਨਾਂ ਨੂੰ ਮੇਰਾ ਮਿਊਜ਼ਿਕ ਚੰਗਾ ਲੱਗਿਆ, ਹਨਾ, ਤੇ ਆਪਾਂ ਨੂੰ ਉਹਨਾਂ ਦਾ ਲੱਗਦਾ ਸੀ, ਤਾਂ ਕਰਕੇ ਇਕੱਠੇ ਕੰਮ ਕਰ ਰਿਹਾ। ਈਵਨ ਤੁਸੀਂ ਡਿਵਾਈਨ ਲਾ ਲਓ, ਰਾਜਾ ਕੁਮਾਰੀ ਲਾ ਲਓ, ਹਨਾ, ਸਟੈਫਲਨ ਲਾ ਲਓ, ਹਨਾ, ਬਲੌਕ ਬੋਏ ਲਾ ਲਓ, ਸਾਰੇ ਜਿੰਨੇ ਵੀ ਬੰਦੇ ਆ, ਬੋਹੀਵੀਆਂ ਬਾਈ ਲਾ ਲਓ, ਹਨਾ, ਸਾਰੇ ਸਾਰੇ ਯਾਨੀ ਕਿ ਆਪਣੇ ਆਪ ਦੇ ਬੰਦੇ ਨੇ ਸਾਰੇ, ਹਨਾ। ਸੋ ਵੀ ਕੋਲੈਬੋਰੇਸ਼ਨ ਦਾ ਮਤਲਬ ਹੁੰਦਾ ਵੀ ਦੋ ਕਲਚਰ ਨੂੰ ਮਿਕਸਅਪ ਕਿਵੇਂ ਹੋਣਾ, ਇਹ ਨਹੀਂ ਵੀ ਪੈਸੇ ਲੈ ਕੇ ਕੋਲੈਬੋਰੇਟ ਕਰਨੇ, ਹਨਾ, ਉਹ ਕਦੋਂ ਵੀ ਕੋਈ ਵੀ ਕਿਸੇ ਨੂੰ ਕਰ ਸਕਦਾ, ਹੈ ਨਾ, $70,000 ਦਿਓ, ਕਿਸੇ ਮਰਜ਼ੀ ਨੂੰ ਫੜ ਕੇ ਲੈ ਆਓ ਗਾਣੇ 'ਚ, ਆ ਜਾਂਦੇ ਨੇ ਸਾਰੇ। ਪਰ ਤਰੀਕੇ ਨਾਲ ਵੀ ਜੇ ਆਪਾਂ ਨੂੰ ਇੰਟਰਸਟਡ ਕੋਲੈਬੋਰੇਸ਼ਨ ਉਹੀ ਹੁੰਦੀ ਹੈ ਵੀ ਜੇ ਅਗਲਾ ਵੀ ਸੋਚੇ ਵੀ ਯਾਰ ਮੈਂ ਪੰਜਾਬੀ ਦੇ ਵਿੱਚ ਕਰਨਾ, ਹੈ ਨਾ, ਮੈਂ ਇੱਧਰ ਇੱਧਰਲੀ ਮਿਊਜ਼ਿਕ ਫੀਲਡ ਦੇ ਵਿੱਚ ਆਉਣਾ,
ਸੋ ਅਸੀਂ ਮੇਰਾ ਕੰਮ ਕਰਨ ਦਾ ਤਰੀਕਾ ਇਹ ਹੈ, ਇਹ ਨਹੀਂ ਵੀ ਹੈਗਾ ਵੀ ਕੋਈ ਵੀ ਬੰਦਾ ਫੜ ਕੇ ਆਪਾਂ ਐਲਬਮ 'ਚ ਪਾ ਲਿਆ ਜਾਂ ਕੁਛ ਵੀ, ਹੈ ਨਾ, ਵੀ ਜਿੰਨੇ ਵੀ ਜਾਂ ਤਾਂ ਨੋਨ ਨੇ ਜਾਂ ਉਹ ਸਾਡੀ ਵਾਈਬ ਰਲਦੀ ਆਪਸ ਦੇ ਵਿੱਚ। ਹੁਣ ਅਸੀਂ ਗਾਣਾ ਬਣਾ ਰਹੇ ਸੀਗੇ, ਪ੍ਰੀਤ ਵਾਲਾ ਗਾਣਾ ਨਹੀਂ ਸੀ ਸੁਣਨ, ਜਿਹੜਾ ਪ੍ਰੀਤ ਅਸ ਅਸ ਗਾਣਾ ਜਿਹੜਾ ਆਪਾਂ ਕਹਿੰਦੇ ਅਸ ਗਾਣਾ, ਹਾਂ। ਸੋ ਉਹ ਗਾਣਾ ਅਸੀਂ ਬਣਾ ਰਹੇ ਸੀ, ਮੈਨੂੰ ਅਸੀਂ ਨਾ ਕੁਦਰਤੀ ਨਾ ਮੈਂ ਯਾਨੀ ਕਿ ਮੈਂ ਥੋੜ੍ਹਾ ਸੋਸ਼ਲ ਮੀਡੀਆ ਤੋਂ ਮੈਨੂੰ ਇੰਨਾ ਯਾਨੀ ਕਿ ਇੰਨੀ ਨੌਲੇਜ ਨਹੀਂ ਹੈਗੀ, ਮੈਂ ਹਜੇ ਵੀ ਇੰਨਾ ਘੱਟ ਮੱਥਾ ਮਾਰਦਾ। ਮੈਂ ਤੇ ਬੈਂਗਲਸ ਨਾ ਰਿਕੁਐਸਟਸ ਦੇਖਦੇ ਸੀਗੇ ਜਿਹੜੀਆਂ ਟੌਪ ਰਿਕੁਐਸਟ ਹੁੰਦੀਆਂ, ਮੈਨੂੰ ਪਤਾ ਨਹੀਂ ਉਹਨੇ ਖੋਲ ਕੇ ਮੇਰਾ ਇੰਸਟਾ ਕਹਿੰਦਾ ਭਾਜੀ ਦਿਖਾਇਓ ਰੀਚ ਰੂਚ ਕੀ, ਪਤਾ ਨਹੀਂ ਕੀ ਕਰੀ ਜਾਂਦੇ, ਚੌੜ ਕਰੀ ਜਾਂਦੇ ਯਾਰ। ਰਿਕੁਐਸਟਸ ਦੇਖੀਆਂ, ਉਹਦੇ 'ਚ ਮੈਨੂੰ ਮੈਸੇਜ ਆਇਆ ਹੋਇਆ ਸਟੈਪ ਦਾ, ਆਹਦਾ ਰਾਜਾ ਰਾਜਾ ਕੁਮਾਰੀ ਦਾ। ਸੋ ਰਾਜ ਦਾ ਮੈਸੇਜ ਆਇਆ ਹੋਇਆ, ਆਈ ਲਾਈਕ ਯੂਅਰ ਵਾਈਫ, ਪਤਾ ਨਹੀਂ ਕੁਛ, ਹੈ ਨਾ, ਇੱਦਾਂ ਦਾ ਕੁਛ ਮੈਸੇਜ ਆਇਆ, ਤੇ ਮੈਨੂੰ ਵਧੀਆ ਲੱਗਿਆ, ਮੈਨੂੰ ਵੀ ਉਹਦਾ ਮਿਊਜ਼ਿਕ ਵਧੀਆ ਲੱਗਦਾ, ਹੈ ਨਾ। ਸੋ ਮੈਂ ਉਹਨੂੰ ਮੈਸੇਜ ਕੀਤਾ, ਮੈਂ ਥੈਂਕ ਯੂ ਵੈਰੀ ਮੱਚ। ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਵੀ ਐਂ ਕਰਕੇ ਮੈਂ ਇੰਡੀਆ ਆਈ ਹੋਈ ਹਾਂ ਗੋਆ ਸਟੂਡੀਓ 'ਚ, ਵੀ ਜੇ ਕੁਛ ਮੇਰੇ ਜੇ ਤੁਹਾਨੂੰ ਕੁਛ ਵੀ ਆਪਾਂ ਇਕੱਠੇ ਕਰ ਸਕਦੇ ਹੋਏ ਤਾਂ ਮੈਨੂੰ ਪਲੀਜ਼ ਦੱਸਿਓ। ਉਹ ਕੁਦਰਤੀ ਦੂਜੇ ਦਿਨ ਗਾਣਾ ਬਣ ਗਿਆ, ਉਹਨਾਂ ਨੂੰ ਮੈਂ ਮੈਸੇਜ ਕਰਤਾ। ਉਸ ਤੋਂ ਬਾਅਦ ਮੈਂ ਉਹਨਾਂ ਨੂੰ ਯਾਨੀ ਕਿ ਜਿੰਨਾ ਵੀ ਮੇਰੀ ਜਿੰਨੀ ਰੋਟੀ ਭੱਜੀ ਹੁੰਦੀ ਸੀਗੀ ਉਹਨਾਂ ਨੂੰ ਮੈਂ ਸਮਝਾਇਆ ਵੀ ਇਹਦੇ ਆਹ ਅਰਥ ਨੇ, ਹੈ ਨਾ, ਇਹਦਾ ਆਹ ਮੀਨਿੰਗ ਹੈ, ਵੀ ਇੱਦਾਂ ਸਾਰੇ ਕੋਲੈਬੋਰੇਟ ਹੋ ਜਾਣੇ, ਹੈ ਨਾ ਸਾਰੇ। ਚਲੋ ਡਿਵਾਈਨ ਨਾਲ ਮੇਰੀ ਉਦਾਂ ਦੋਸਤੀ ਹੈ ਨਾ, ਉਹ ਬੰਦਾ ਘੈਂਟ ਹੈ, ਵਧੀਆ ਬੰਦਾ, ਹੈ ਨਾ, ਬਲੌਕ ਵਾਈਟ ਵਿੱਚ ਆ, ਉਹਦੇ ਮੈਂ ਗਾਣੇ ਸੁਣਦਾ ਰਿਹਾ, ਹੈ ਨਾ, ਟੋਰੋਂਟੋ ਜਿਹੜਾ ਹੁੰਦਾ ਹੈਗਾ ਜੀ ਕਲਾਸ ਦੇ ਵਿੱਚ, ਹੈ ਨਾ। ਤੇ ਜਿੰਨੇ ਵੀ ਆ ਹੈਗੇ ਆ ਆਪਣੇ ਯੂਕੇ ਯੂਕੇ ਮੈਂ ਸਟੈਫ ਨਾਲ ਪਹਿਲਾਂ ਕੰਮ ਕੀਤਾ, ਹੈ ਨਾ। ਸੋ ਜਿਹੜਾ ਮੋਰਿਸਨ ਨੂੰ ਮਿਊਜ਼ਿਕ ਵਧੀਆ ਲੱਗਿਆ ਆਪਣਾ, ਹੈ ਨਾ, ਉਹ ਸਾਰੇ ਬੈਂਗਲਸ ਬੈਂਗਲਸ ਕਰਕੇ, ਹੈ ਨਾ, ਚਲੋ ਬੈਂਗਲਸ ਆਪਣਾ ਭਰਾ ਹੈ ਨਾ, ਉਹਨੇ ਮਿਊਜ਼ਿਕ ਯਾਨੀ ਕਿ ਵੀ ਸਾਰਾ ਯਾਨੀ ਕਿ ਰਲ ਮਿਲ ਕੇ ਹੋਇਆ ਜੋ ਵੀ ਹੋਇਆ। So I think चलो वो divine भाई wait बहुत कर रहे हैं to join you guys, right? है ना? I think हाँ divine, जी yes हाँ जी okay so ठीक है, मैं चलती हूँ, तुसी divine नू add कर लो, गल्ला बाता कर, and Sidhu all the best, thank you so much, बाकी सारे गाने वाली I know you will rock them, ते बाकी जन्मदिन दिया बहुत बहुत मुबारक, and yes cake मिल के खावांगे whenever we meet, cake is deal. Thank you guys. Bye. केक तुझे लेके आया, मैं नहीं लेके आऊँ। Of course मैं लेके आऊँगी। Of course मैं लेके आऊँगी। थोड़ा बर्थडे मैं केक लेके आऊँगी। चलो ठीक है। Thank you. Okay. Bye bye. Bye bye. तो आई थिंक डिवाइन भाई जो है डिवाइन भाई भी है थोड़ी तबीयत खराब ਕਈ ਗਾਣੇ ਸਾਡੇ ਚ ਇਹ ਆਦਤ ਹੈ ਵੀ ਕਈ ਬੰਦੇ ਸਾਡੇ ਚ ਖਰਾਬੀ ਕਰ ਜਾਂਦੇ, ਕਈ ਵਾਰੀ ਕੋਈ ਗਾਣਾ ਗੁਣਾ ਨਿਕਲ ਜਾਂਦਾ ਓਵਰ ਐਕਸਾਈਟਮੈਂਟ ਦੇ ਵਿੱਚ, ਹੈ ਨਾ, ਉਹ ਸ਼ਾਇਦ ਸਾਡੇ ਕੋਈ ਆਪਣੀ ਟੀਮ ਚੋਂ ਵੀ, ਹੈ ਨਾ, ਵੀ ਉਹ ਗੜਬੜ ਹੋ ਜਾਂਦੀ ਹੈ, ਤਾਂ ਕਰਕੇ ਥੋੜ੍ਹਾ ਸਕੈਜੂਲ ਅਪਸੈਟ ਜ਼ਰੂਰ ਹੋਇਆ, ਪਰ ਬਾਕੀ ਦੇ ਗਾਣੇ ਜਿਵੇਂ ਵੀ ਹੈਗੇ ਨੇ ਉਵੇਂ ਹੀ ਆਉਣਗੇ, ਯਾਨੀ ਕਿ ਉਹਨਾਂ ਦੀ ਕੋਈ ਆਫਤ ਦੇ ਵਿੱਚ, ਹਾਂ। ਸੋ ਹੁਣ ਮੇਰਾ ਦਿਲ ਦੇ 12 ਤਰੀਕ ਨੂੰ ਆਉਣਾ, 12 ਤਰੀਕ ਨੂੰ ਹੀ ਆਊਗਾ। 12 ਤਰੀਕ, ਚਲੋ ਉਹਦਾ ਵਧੀਆ। ਆਪਣਾ ਭਾਜੀ ਤੁਹਾਡਾ ਬਰਥਡੇ, ਮੈਂ ਤਾਂ ਕਿਹਾ ਸੀ ਕਿ ਤੁਹਾਡਾ ਬਰਥਡੇ ਗਿਫਟ ਸਾਨੂੰ ਮਿਲਣਾ, ਕਿ ਕੋਈ ਆਪਾਂ ਭਾਜੀ ਗਾਣਾ ਡ੍ਰੌਪ ਕਰੋਗੇ ਕੱਲ ਕੱਲ ਕੋਈ ਡ੍ਰੌਪ ਕਰਨਾ ਆਪਾਂ? ਨਹੀਂ ਨਹੀਂ ਪਤਾ ਕੀ ਗੱਲ ਹੈ ਵੀਰੇ, ਹੁਣ ਜਿੰਨੇ ਵੀ ਗਾਣੇ ਨੇ, ਹੁਣ ਸਾਡੀ ਮਜਬੂਰੀ ਸੀਗੀ, ਹੁਣ ਜਿਵੇਂ ਕੋਈ ਗਾਣਾ ਕੋਈ ਬਾਹਰ ਆ ਗਿਆ ਕਿਸੇ ਦੀ ਸਨਿਪਟ ਪੈ ਗਈ, ਤਾਂ ਉਹ ਫਿਰ ਉਹ ਤਾਂ ਕਰਕੇ ਸਾਨੂੰ, ਹੈ ਨਾ, ਥੋੜੇ ਬਹੁਤ ਇੱਧਰ ਉੱਧਰ ਕਰਨੇ ਪਏ ਗਾਣੇ, ਪਰ ਜਿੰਨੇ ਵੀ ਬਾਕੀ ਗਾਣਾ ਸਕੈਜੂਲ ਡਿਸਟਰਬ ਨਹੀਂ ਕਰਨਾ ਸੀ, ਸੋ ਉਹ ਤਰੀਕੇ ਨਾਲ ਹੀ ਹੋਣਗੇ। ਹੁਣ ਜਿਹੜੇ ਉਹ ਦੋ ਗਾਣੇ ਸੀਗੇ ਅਰੋਮਾ ਐਂਡ ਗੋਟ ਜਿਹੜੇ ਸਕਿਪ ਹੋਏ ਨੇ, ਉਹ ਯਾਨੀ ਕਿ ਐਲਬਮ ਦੇ ਲਾਸਟ ਤੇ ਹੋ ਗਏ ਹੁਣ, ਠੀਕ ਹੈ ਭਾਜੀ, ਹਾਂ, ਐਡਜਸਟਮੈਂਟ ਕੀਤੀ ਹੈ ਭਾਜੀ। ਇੱਕ ਕੁਐਸਚਨ ਪੁੱਛਿਆ ਤੁਹਾਡੇ ਫੈਨ ਨੇ, ਤਰਨਦੀਪ ਸਿੰਘ ਹੈ ਉਹਨਾਂ ਦਾ ਨਾਮ, ਪੁੱਛ ਰਹੇ ਜੀ ਤੁਹਾਡਾ ਤੁਹਾਡਾ ਫੇਵਰਟ ਗਾਣਾ ਮੂਸ ਟੇਪ ਤੋਂ, ਤੇ ਇੱਕ ਦੂਜਾ ਵੀ ਕੁਐਸਚਨ ਅਨੰਨਿਆ ਸਿੰਘ ਨੇ ਪੁੱਛਿਆ ਕਿ ਟੈਲ ਅਸ ਅਬਾਊਟ ਯੋਰ ਜਰਨੀ ਐਜ਼ ਅ ਸਿੰਗਰ। ਤੇ ਇਹ ਇਹ ਕੁਐਸਚਨ ਮੈਂ ਦੂਜਾ ਕੁਐਸਚਨ ਪਹਿਲਾਂ ਲੈਂਦੇ ਹਾਂ, ਬਿਕੋਜ਼ ਇਹ ਕੁਐਸਚਨ ਮੈਂ ਵੀ ਬਹੁਤ ਜ਼ਿਆਦਾ ਕਿਊਰੀਅਸ ਰਹਿੰਦਾ, ਬਿਕੋਜ਼ ਮੈਂ ਕਾਫੀ ਪੜ੍ਹਨ ਦੀ ਕੋਸ਼ਿਸ਼ ਬਟ ਕਾਫੀ ਹੈ, ਪਰਸਨਲ ਸਟੋਰੀ ਹੁੰਦੀ ਹੈ, ਤੁਸੀਂ ਪਰਸਨਲ ਸਟੋਰੀ ਨਹੀਂ ਜਾਣ ਸਕਦੇ ਜਦੋਂ ਤੱਕ ਬੰਦਾ ਆਪ ਨਹੀਂ ਦੱਸਦਾ। ਮਾੜਾ ਜਿਹਾ ਕੁਛ ਕਰਨਾ ਚਾਹੋਗੇ ਆਪਣੀ ਜਰਨੀ ਬਾਰੇ, ਸਿੰਗਰ ਐਜ਼ ਅ ਪਹਿਲਾਂ ਸਟਾਰਟ ਕੀਤਾ ਸੀ, ਪਤਾ ਕੀ ਗੱਲ ਹੈ ਬਈ ਜਰਨੀ, ਹਾਂ ਜਰਨੀ ਬਾਰੇ ਮੈਨੂੰ ਮੈਨ ਦਾ ਮੈਨੂੰ ਦੱਸਣ ਦੀ ਕਿਸੇ ਨੂੰ ਲੋੜ ਨਹੀਂ, ਜਿੰਨੇ ਜਿੰਨੇ ਮੈਨੂੰ ਪਿਆਰ ਕਰਦੇ ਨੇ ਸਾਰਿਆਂ ਨੂੰ ਪਤਾ ਹੀ ਹੈ ਵੀ ਮੈਂ ਕਿੱਥੋਂ ਉੱਠਿਆ ਕਿਵੇਂ ਆਇਆ, ਹੈ ਨਾ, ਵੀ ਮੈਂ ਵਾਰ ਵਾਰ ਦੱਸਣ ਦੀ ਉਸ ਚੀਜ਼ ਦੀ ਮੈਨੂੰ ਨਹੀਂ ਲੱਗਦਾ ਵੀ
ਜਿੰਨੇ ਕਈ ਚਲਾਈ ਦੇਖਦਾ ਸਾਰਿਆਂ ਨੂੰ ਪਤਾ ਹੀ ਹੈ ਵੀ ਜ਼ਿੰਦਗੀ 'ਚ ਕੀ ਕੀਤਾ ਹੈ, ਕਿਵੇਂ ਆਇਆ, ਕਿੱਥੋਂ ਧੋਖੇ ਖਾਧੇ ਕੀ, ਹੈ ਨਾ, ਇਹਨਾਂ ਨੂੰ ਬਿਲਕੁਲ ਬਿਲਕੁਲ ਦੁਨੀਆਦਾਰੀ ਹੈ ਸਾਰਿਆਂ ਨੂੰ ਸਾਰਾ ਕੁਛ ਪਤਾ, ਹੈ ਨਾ। ਸੋ ਬਾਕੀ ਫੇਵਰਟ ਗਾਣੇ ਦੀ ਰਹੀ ਗੱਲ, ਫੇਵਰਟ ਗਾਣਾ ਮੈਨੂੰ ਮੂਸ ਢਿੱਲਾ ਬਹੁਤ ਪਸੰਦ ਹੈ, ਅਤੇ ਮੂਸ ਢਿੱਲਾ ਹੋ ਗਿਆ, ਰੈਕਸ ਐਂਡ ਰਾਊਂਡ ਹੋ ਗਿਆ, ਜੱਟ ਦੀ ਬਜ਼ੁਰਗ ਬੀਬਾ ਮੈਨੂੰ ਬਹੁਤ ਘੈਂਟ ਗਾਣਾ ਲੱਗਦਾ ਸੀ, ਅਤੇ ਸਿੱਧੂ ਸਾਨੂੰ ਹੋ ਗਿਆ, ਗਾਣੇ ਯਾਰ ਸਾਰੇ ਪਸੰਦ ਨੇ ਸਾਰੇ ਟੋਟਲ। ਇਨਵਿੰਸੀਬਲ ਮੈਨੂੰ ਬਹੁਤ ਪਸੰਦ ਹੈ, ਸਲੈਬ੍ਰਿਟੀ ਕਿੱਦਰ ਬਹੁਤ ਪਸੰਦ ਹੈ, 295 ਹੋ ਗਿਆ, ਬਿਲਟ ਡਿਫਰੈਂਟ, ਸਾਰੀ ਮੈਂ ਨਾਮ ਲੈ ਸਕਦਾ ਯਾਰ, ਕਨਫਿਊਜ਼ਨ ਹੈ ਇਸ ਚੀਜ਼। ਚਲੋ ਠੀਕ ਹੈ ਭਾਜੀ, ਐਵਰੀਵਨ ਹੂ ਇਜ਼ ਵਾਚਿੰਗ ਆ ਸਾਡੀ, ਥੈਂਕ ਯੂ ਸੋ ਮਚ ਭਾਜੀ ਫॉर ਟੇਕਿੰਗ, ਸੌਰੀ ਸੌਰੀ ਭਾਈ ਮੈਨੂੰ ਕਾਲ ਆ ਗਿਆ ਸੀ। ਹਾਂਜੀ ਜੀ, ਜਿੰਨੇ ਵੀ ਲੋਕੀ ਦੇਖ ਰਹੇ ਆ ਪਲੀਜ਼ ਮੇਕ ਸ਼ੋਰ ਟੂ ਸਟ੍ਰੀਮ ਮਿਊਜ਼ਿਕ, ਸਟ੍ਰੀਮ ਮੂਸ ਟੇਪ ਔਨ ਸਪੋਟੀਫਾਈ। ਆਪਾਂ ਆ ਐਲਬਮ ਨੂੰ ਸਟ੍ਰੀਮ ਕਰ ਕਰਕੇ ਚੱਕ ਦਿਓ ਆਪਣਾ, ਇਹਦੇ ਮੇਰੇ ਖਿਆਲ 4.5 ਮਿਲੀਅਨ ਵਿਊਜ਼ ਹੋ ਗਏ ਭਾਜੀ ਆਪਣੇ ਇਹਦੇ ਗਾਣੇ ਹੋ ਗਏ, ਦਿਲ ਤੋਂ ਖੁਸ਼ੀ ਹੁੰਦੀ ਹੈ ਭਾਜੀ ਤੁਹਾਨੂੰ ਦੇਖਦੇ ਹੋਏ, ਤੁਹਾਨੂੰ ਤੁਹਾਡਾ ਕੰਮ ਦੇਖਦੇ, ਤੁਹਾਡਾ ਇੰਨਾ ਗਰੋਥ ਦੇਖਦੇ ਹੋਏ ਨਾ, ਦਿਲ ਤੋਂ ਖੁਸ਼ੀ ਹੁੰਦੀ ਹੈ। ਐਜ਼ ਅ ਫੈਨ ਆਈ ਐਮ ਰੀਲੀ ਪ੍ਰਾਊਡ, ਐਜ਼ ਅ ਪੰਜਾਬੀ ਆਈ ਐਮ ਵੈਰੀ ਪ੍ਰਾਊਡ ਟੂ ਬੀ ਹਿਅਰ ਐਂਡ ਲਾਈਕ ਸੀ ਯੂ, ਤੁਹਾਡਾ ਮਿਊਜ਼ਿਕ ਸੁਣਦੇ ਹੋਏ। ਆਈ ਥਿੰਕ ਦੈਟਸ ਆਰ ਟਾਈਮ, ਥੈਂਕ ਯੂ ਸੋ ਮਚ ਫਾਰ ਜੁਆਇਨਿੰਗ, ਥੈਂਕ ਯੂ ਸੋ ਮਚ ਫਾਰ ਲੈਟਿੰਗ ਅਸ ਬੀ ਅ ਪਾਰਟ ਆਫ ਦਿਸ ਲਾਈਫ। ਸਾਰੇ ਜਣੇ ਮੇਰੇ ਲਈ ਬਹੁਤ 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 ਸ਼ੁਕਰੀਆ ਡਾਰਲਿੰਗ, ਸਾਰਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਾਨ, ਅਤੇ ਜਿੰਨੇ ਵੀ ਬੰਦੇ ਨੇ ਜਾਨ ਆਪਣਾ ਖਿਆਲ ਰੱਖਿਓ ਵੀਰੇ, ਜਿੰਨੇ ਮੈਨੂੰ ਚਾਹੁਣ ਵਾਲੇ ਨੇ, ਹੈ ਨਾ, ਅਤੇ ਜਿੰਨੇ ਲਾਈਵ ਦੇਖ ਰਹੇ ਨੇ, ਆਪਣਾ ਖਿਆਲ ਰੱਖਿਓ, ਖੁਸ਼ ਰਹੋ ਡਾਰਲਿੰਗ ਸਾਰੇ, ਹੈ ਨਾ। ਮਿਊਜ਼ਿਕ ਇੰਜੋਇਮੈਂਟ ਵਾਸਤੇ ਹੁੰਦਾ, ਇਹਨੂੰ ਇੰਜੋਇਮੈਂਟ ਤੱਕ ਰੱਖੋ, ਹੈ ਨਾ। ਅਤੇ ਦੂਜੀ ਤੀਜੀ ਗੱਲ ਇਹ ਹੈ ਡਾਰਲਿੰਗ ਵੀ ਜਿੰਨਾ ਕੁ ਬੰਦਿਆਂ ਨੂੰ, ਬੰਦਾ ਉਹੀ ਹੁੰਦਾ ਜਿਹੜਾ ਆਪਣੇ ਕ੍ਰਿਟੀਸਿਜ਼ਮ ਸੁਣ ਸਕੇ, ਅਤੇ ਮੈਂ ਕ੍ਰਿਟੀਸਿਜ਼ਮ 'ਚ ਵੀ ਬਣਿਆ, ਹੈ ਨਾ। ਅਤੇ ਜਿੰਨੇ ਵੀ ਤੁਹਾਡੇ ਚੰਗੀਆਂ ਦੁਆਵਾਂ, ਮਾੜੀਆਂ ਦੁਆਵਾਂ, ਹੈ ਨਾ, ਜੋ ਵੀ ਤੁਸੀਂ ਮੇਰੇ ਸਿਰ ਮੱਥੇ ਹੈ, ਅਤੇ ਪਰ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਵੀ ਹਜੇ ਐਲਬਮ ਆ ਰਹੀ ਹੈ ਨਾ, ਅਤੇ ਤੁਹਾਨੂੰ ਅਗਲੇ ਯਾਨੀ ਕਿ ਤੋਂ ਬਾਅਦ ਯਾਨੀ ਕਿ ਸੁਧਰਿਆ ਹੋਇਆ ਹੋਰ ਮਿਲੂੰਗਾ ਮੈਂ, ਹੈ ਨਾ। ਅਤੇ ਮੈਂ ਤਾਂ ਯਾਨੀ ਕਿ ਇਸ ਤਰੀਕੇ ਨਾਲ ਕੰਮ ਕਰਦਾ ਵੀ ਸਾਰੀਆਂ ਜੀ, ਸਾਰੀਆਂ ਨੋਟੀਫਿਕੇਸ਼ਨ ਜਿਵੇਂ ਨੇ ਭਾਜੀ ਜਦ ਆਣਾ ਜਾਣ ਨਾਲ ਹੀ ਆਪਾਂ ਕਰ ਲੈਣੇ ਜੀ ਜੀ, ਜਿੰਨੇ ਵੀ ਬੰਦੇ ਹੋ ਤੁਸੀਂ ਸਾਰੇ ਮੇਰੀ ਮੋਟੀਵੇਸ਼ਨ ਹੋ, ਭਾਵੇਂ ਮੈਂ ਤੁਸੀਂ ਮੈਨੂੰ ਚੰਗਾ ਚੰਗੀ ਐਪਰੀਸ਼ੀਏਟ ਕਰਦੇ, ਚਾਹੇ ਕ੍ਰਿਟੀਸਾਈਜ਼ ਕਰਦੇ, ਮੈਂ ਤੁਹਾਡੀ ਸਾਰੀ ਰਿਸਪੈਕਟ ਕਰਦਾ, ਅਤੇ ਆਪਣਾ ਖਿਆਲ ਰੱਖਿਓ ਵੀਰੇ, ਸਾਰਿਆਂ ਨੂੰ ਮੂਸ ਟੇਪ ਨੂੰ ਸੁਣਦੇ ਰਹੋ, ਅਤੇ ਆਪਣਾ ਧਿਆਨ ਰੱਖਿਓ, ਬਾਕੀ ਮਹੀਨਾ ਖੜ ਜਾਓ, ਤੁਹਾਨੂੰ ਰਿਕਾਰਡ ਆਪ ਦੱਸਣਗੇ ਵੀ ਕੌਣ ਕਿੰਨੇ ਕੁ ਪਾਣੀ 'ਚ, ਠੀਕ ਹੈ ਨਾ। ਸਤਿ ਸ਼੍ਰੀ ਅਕਾਲ ਬਾਈ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਜੀ, ਹੈਪੀ ਬਰਥਡੇ ਇਨ ਐਡਵਾਂਸ ਭਾਜੀ, ਓਕੇ, ਥੈਂਕ ਯੂ ਭਾਈ, ਥੈਂਕ ਯੂ ਭਾਈ, ਥੈਂਕ ਯੂ ਭਾਈ।